ਡਰੋਨ ਦੀ ਮੂਵਮੈਂਟ ਹੋਈ ਗਿਆ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਹੈਗਾ ਵੀ ਥੋੜ੍ਹੀ ਦੂਰ ਹੈਗਾ ਅਤੇ ਸਾਰੇ ਸਾਡੇ ਜਿਹੜੇ ਆਫਿਸਰ ਨੇ ਤੁਹਾਨੂੰ ਸਾਰਾ ਪਤਾ ਲੱਗੇਗਾ। ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਮੈਂ ਡਰੋਨ ਦੀ ਟੈਕਨੋਲੋਜੀ ਦੀ ਗੱਲ ਕਰ ਰਹੀ ਹਾਂ, ਕਈ ਲੋਕ ਕਹਿੰਦੇ ਨੇ ਕਿ ਹੁਣ ਆਵਾਜ਼ ਵੀ ਨਹੀਂ ਆਉਂਦੀ, ਕਈ ਥਾਂ 'ਤੇ ਅਸੀਂ ਦੇਖਦੇ ਹਾਂ ਕਿ ਡਰੋਨ ਦੀ ਮੂਵਮੈਂਟ ਹੋ ਰਹੀ, ਸਿਰਫ ਹਵਾ ਦੇ ਨਾਲ ਪਤਾ ਲੱਗਦਾ ਕਿ ਕੁਝ ਉੜਿਆ ਹੈ। ਆਵਾਜ਼ ਤੇ ਇਹਨੂੰ ਇਹਦੀ ਬਲਿੰਕਿੰਗ ਨੂੰ ਦੇਖ ਕੇ, ਆਵਾਜ਼ ਨੂੰ ਦੇਖ ਕੇ, ਸੁਣ ਕੇ ਇਸਦਾ ਜਿਹੜਾ ਹੈਗਾ ਉਹ ਟਾਰਗੇਟ, ਔਰ ਜਲਦੀ ਇਸਦਾ ਕੋਈ ਨਾ ਕੋਈ ਸਲਿਊਸ਼ਨ ਵੀ ਨਿਕਲੂਗਾ। ਇਸ ਵੇਲੇ ਅਸੀਂ ਫਾਜ਼ਿਲਕਾ ਦੇ ਵਿੱਚ ਹੈ ਕਿਉਂਕਿ ਨਾਲ ਜਿਹੜਾ ਹੈ ਇੰਟਰਨੈਸ਼ਨਲ ਬਾਰਡਰ ਜਿਸਨੂੰ ਕਹਿੰਦੇ ਹੈ ਭਾਰਤ ਪਾਕਿਸਤਾਨ ਦਾ ਬਾਰਡਰ ਜਿਹੜਾ ਇੱਥੇ ਨਾਲ ਲੱਗਦਾ ਹੈ, ਅਤੇ ਉੱਥੇ ਲਗਾਤਾਰ ਨਾਪਾਕ ਹਰਕਤਾਂ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ, ਅਤੇ ਅਸੀਂ ਦੇਖਦੇ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਡਰੋਨ ਦੇ ਰਾਹੀਂ ਹਥਿਆਰਾਂ ਦੀ ਤਸਕਰੀ ਹੁੰਦੀ ਹੈ, ਅਤੇ ਇਸ ਦੇ ਨਾਲ ਹੀ ਜਿਹੜੀ ਤਸਕਰੀ ਹੈ ਉਹ ਜਿਹੜੀ ਡਰੱਗਸ ਹੀਰੋਇਨ ਜਿਹਨੂੰ ਕਹਿੰਦੀ ਹੈ ਉਸਦੀ ਵੀ ਜਿਹੜੀ ਵੱਡੀ ਖੇਪ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਾਰੀ ਹੋ ਰਹੀ ਹੈ। ਹੁਣ ਸ਼ੁਰੂਆਤ ਤੁਹਾਨੂੰ ਦਿਖਾਉਂਦੇ ਹੈ ਇਹ ਬੈਰੀਅਰ 'ਤੇ, ਕਿਉਂਕਿ ਰਾਤ ਦੇ ਸਮੇਂ ਜਿਹੜੇ ਤਸਕਰ ਹੁੰਦੇ ਆ ਉਹ ਬਾਹਰ ਨਿਕਲਦੇ, ਅਜਿਹੇ ਦੇ ਵਿੱਚ ਇੰਟਰਨੈਸ਼ਨਲ ਬਾਰਡਰ 'ਤੇ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਚੈਕਿੰਗ ਕੀਤੀ ਜਾਂਦੀ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਾਜ਼ਿਲਕਾ ਤੋਂ, ਅਤੇ ਇਹ ਬਹੁਤ ਅਹਿਮ ਹੈ ਕਿਉਂਕਿ ਅਸੀਂ ਸਵਾਲ ਚੁੱਕਦੇ ਹਾਂ ਕਾਨੂੰਨ ਵਿਵਸਥਾ ਨੂੰ ਲੈ ਕੇ। ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਕੀ ਕਰ ਰਿਹਾ, ਲੇਕਿਨ ਪ੍ਰਸ਼ਾਸਨ ਇਹ ਕਰ ਰਿਹਾ ਤੁਹਾਨੂੰ ਜਿਹੜਾ ਸੁਰੱਖਿਅਤ ਰੱਖਣ ਦੇ ਲਈ, ਤੁਹਾਨੂੰ ਇੱਕ ਸੇਫ ਇਨਵਾਇਰਮੈਂਟ ਦੇਣ ਦੇ ਲਈ ਜਿਹੜਾ ਹੈ ਲਗਾਤਾਰ। ਮੁੱਖ ਮੰਤਰੀ ਵੀ ਕਹਿ ਰਹੇ ਨੇ ਕਿ ਅਸੀਂ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਗਏ, ਜਿੱਥੇ ਕਿ ਦੁਪਹਿਰ ਵੇਲੇ ਜਿਹੜੀ ਹੈ ਉਹ ਚੈਕਿੰਗ ਕੀਤੀ ਜਾਂਦੀ ਹੈ, ਕਈ ਵਾਰ ਜਿਹੜਾ ਹੈ ਪੂਰੀ ਟੀਮਸ ਆਪ ਖੁਦ DGP ਵੀ ਜਿਹੜੇ ਹੈ ਗਰਾਊਂਡ 'ਤੇ ਆ ਜਾਂਦੇ ਨੇ, ਅਤੇ ਲਗਾਤਾਰ ਉਹ ਵੀ ਉੱਥੇ ਦੇਖਦੇ ਹਨ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜੇ ਵੱਡੇ ਤਸਕਰ ਹੈ ਉਹਨਾਂ ਨੂੰ ਫੜਨਾ ਹੈ, ਅਤੇ ਉਹੀ ਕੋਸ਼ਿਸ਼ਾਂ ਇੱਥੇ ਕੀਤੀ ਜਾ ਰਹੀ ਹੈ। ਅਤੇ ਸਾਡੇ ਨਾਲ ਤੁਸੀਂ ਆਪ ਦੇਖੋ, ਵੈਸੇ ਅਸੀਂ ਜਿਹੜੇ ਦੁਪਹਿਰੇ ਡਿਊਟੀ 'ਤੇ ਦੇਖਦੇ ਹਾਂ ਅਤੇ ਜਿਹੜੇ ਹੈ ਅਧਿਕਾਰੀ ਬਹੁਤ ਘੱਟ ਦਿਖਦੇ ਹਨ, ਲੇਕਿਨ ਆਪ ਖੁਦ DSP ਫਾਜ਼ਿਲਕਾ ਅਤੁਲ ਸੋਨੀ ਜੀ ਮੁੱਖ ਮੰਤਰੀ ਦੇ ਨਿਰਦੇਸ਼ ਨੇ, ਸਖਤ ਨਿਰਦੇਸ਼ ਨੇ ਕਿ ਕਿਸੇ ਵੀ ਤਰੀਕੇ ਦੀ ਤਸਕਰੀ ਨਹੀਂ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਮੁਸਤੈਦੀ ਨਾਲ ਕੰਮ ਕਰ ਰਹੇ ਹੋ? ਦੇਖੋ ਹੁਣ ਸਾਡੇ ਜਿਹੜੇ ਨਾਕੇ ਹੈਗੇ 24 ਆਵਰਸ ਇੱਥੇ ਲੱਗੇ ਹੈਗੇ ਆ, ਰਾਤ ਦਾ ਨਾਕਾ ਅਲੱਗ ਹੋਏਗਾ ਅਤੇ ਦਿਨ ਦਾ ਨਾਕਾ ਅਲੱਗ ਹੈਗਾ, ਅਤੇ ਉਸੇ ਸੰਬੰਧ ਵਿੱਚ ਜਿਹੜੀ ਜਿਹੜੀ ਗੱਡੀਆਂ ਸਾਡੇ ਕੋਲ ਇੱਥੇ ਆਉਣਗੀਆਂ ਅਸੀਂ ਥੋਰੋਲੀ ਭਾਵੇਂ ਇੱਕ ਗੱਡੀ ਚੈੱਕ ਕਰਾਂਗੇ ਉਹਨੂੰ, ਪਰ ਉਹਨੂੰ ਪੂਰੀ ਤਰ੍ਹਾਂ ਹੀ ਕਰਦੇ ਹੈਗੇ ਆ, ਅਤੇ ਇਸੇ ਹਿਸਾਬ ਨਾਲ ਕਿਉਂਕਿ ਬਾਰਡਰ ਏਰੀਆ ਪੈਂਦਾ ਸਾਡਾ ਫਾਜ਼ਿਲਕਾ ਜਿਹੜਾ ਡਿਸਟ੍ਰਿਕਟ ਹੈਗਾ, ਅਤੇ ਜਲਾਲਾਬਾਦ ਮੇਰੀ ਸਬ ਡਿਵੀਜ਼ਨ ਹੈਗੀ ਹੈ, ਅਤੇ ਜਿਹੜਾ ਸਾਡੇ ਜਿਹੜੇ ਦੋ ਜਿਹੜੇ ਪੁਲਿਸ ਸਟੇਸ਼ਨ ਹੈਗੇ ਆ, ਅਮੀਰ ਖਾਸ ਅਤੇ ਨਾਲ ਸਦਰ ਜਿਹੜਾ ਹੈਗਾ, ਉਹ ਬਿਲਕੁਲ ਬਾਰਡਰ ਦੇ ਨਾਲ ਲੱਗਦੇ, 24 ਕਿਲੋਮੀਟਰ ਦਾ ਸਾਡਾ ਏਰੀਆ ਬਾਰਡਰ ਦੇ ਨਾਲ ਹੈਗਾ। ਹੁਣ ਰੀਸੈਂਟਲੀ ਜਿਹੜਾ ਹੈਗਾ ਹੁਣ ਡਰੋਨ ਦੀ ਮੂਵਮੈਂਟ ਉੱਥੇ ਹੈਗੀ, ਤਾਂ ਆਪਾਂ ਦੇਖਾਂਗੇ ਤਾਂ ਸੀਨੀਅਰ ਅਫਸਰ ਸਾਰੇ ਵਗੈਰਾ ਉੱਧਰ ਘੁੰਮ ਰਹੇ ਹੈਗੇ, ਅਤੇ ਹਰ ਪਾਸੇ ਜਿਹੜਾ ਵੀ ਪੂਰਾ ਸੀਲ ਹੋਇਆ ਹੋਇਆ ਇਸ ਵੇਲੇ, ਇਹ ਅੱਜ ਦਾ ਹੀ ਕੰਮ ਨਹੀਂ ਹੈਗਾ, ਰੋਜ਼ ਦਾ ਪਰਟੀਕੁਲਰ ਹੀ ਹੈ ਵੀ ਰੋਜ਼ ਦਾ ਰੋਜ਼ ਸਾਡਾ ਇਸ ਤਰ੍ਹਾਂ ਸੀਲਮੈਂਟ ਹੁੰਦੀ ਹੈਗੀ ਜੀ। ਜੀ ਕੋਆਰਡੀਨੇਸ਼ਨ ਦੀ ਗੱਲ ਕਰੀਏ, ਕਿਹੜੇ ਕਿਹੜੇ ਪੰਜਾਬ ਪੁਲਿਸ ਤੋਂ ਹੁੰਦੀ ਹੈ, BSF ਵੀ ਹੁੰਦੀ ਹੈ, ਹੋਰ ਵੀ ਕੋਈ ਟੀਮਸ ਹੁੰਦੀਆਂ ਨਾਲ ਕਿ ਜਿਹੜੀ ਮੁਸਤੈਦੀ ਰੱਖਦੀ ਹੈ ਪੂਰੀ ਬਾਰਡਰ ਏਰੀਆ 'ਤੇ? ਦੇਖੋ ਸਾਡੇ ਨਾਲ ਇੱਥੇ ਇੰਟੈਲੀਜੈਂਸ ਵੀ ਹੈਗੀ ਹੈ, ਅਤੇ ਇੰਟੈਲੀਜੈਂਸ ਦੇ ਵਿੱਚ ਉਹ ਸਿਵਲ 'ਚ ਹੋਣਗੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਇਹ ਸਾਡੇ ਇੰਟੈਲੀਜੈਂਸ ਆਫਿਸਰ ਹੈਗੇ ਆ, ਪਰ ਉਹ ਸਾਡੇ ਨਾਲ ਹੁੰਦੇ ਕਿ ਉਹ ਬਾਰਡਰ ਏਰੀਆ ਇੰਨਾ ਜ਼ਿਆਦਾ ਸਾਨੂੰ ਸਿਕਿਓਰ ਰੱਖਣਾ ਪੈਂਦਾ ਜਾਂ ਇੰਨਾ ਸੇਫ ਸਾਨੂੰ ਕਰਨਾ ਪੈਂਦਾ ਕਿ ਵੀ ਉਹਦੇ ਵੀ ਜਿਹੜੇ BSF ਸਾਡੀ ਹੈਲਪ ਕਰਦੀ ਹੈਗੀ ਹੈ, ਪੰਜਾਬ ਪੁਲਿਸ ਤਾਂ ਹੈਗੀ ਹੈ, ਅਤੇ ਜਿਹੜੇ ਸਾਡੇ ਇੰਟੈਲੀਜੈਂਸ ਦੇ ਔਰ ਸਿਕਿਉਰਿਟੀ ਦੇ ਬੰਦੇ ਹੈਗੇ ਉਹ ਸਾਰੇ ਸਪੈਸ਼ਲ ਲਾਣ ਲੱਗਦੇ ਹੈਗੇ। ਅਭੀ ਪਿਛਲੇ ਦਿਨਾਂ ਦੇਖਿਆ ਸੀਗਾ ਕਿ ਵੱਡੀ ਇੱਕ ਖੇਪ ਬਰਾਮਦ ਹੋਈ ਸੀਗੀ ਜਿਹੜਾ ਹੀਰੋਇਨ ਦੀ, 25 ਕਿਲੋ ਹੀਰੋਇਨ ਜਿਹੜੀ ਬਰਾਮਦ ਕੀਤੀ ਗਈ ਸੀ, ਉਸ ਤੋਂ ਬਾਅਦ ਲਗਾਤਾਰ ਅਸੀਂ ਦੇਖ ਰਹੇ ਕਿ ਮੂਵਮੈਂਟਸ ਬਹੁਤ ਹੋ ਰਹੀ ਹੈ, ਅਤੇ ਕੀ ਕੋਈ ਇੱਥੇ ਦਾ ਕੋਈ ਤਸਕਰ ਵੀ ਫੜਿਆ ਗਿਆ? ਇੱਥੇ ਸੀਗੇ ਜਿਹੜੇ ਮਾਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਜਿਹੜੇ ਵਿੱਚ ਜਿਹੜਾ ਬੰਦਾ ਸਮਾਨ ਇੱਥੋਂ ਚੱਕ ਕੇ ਅਤੇ ਸਾਨੂੰ ਦੱਸ ਦੇਣ ਵੀ ਇਸ ਪੁਆਇੰਟ 'ਤੇ ਆਪਾਂ ਛੱਡਣਾ ਗਿਆ, ਉਹ ਵੀ ਅਸੀਂ ਇੱਥੇ 3-4 ਅਸੀਂ ਬੰਦੇ ਫੜੇ ਗਏ ਜਿਹੜੇ ਹੁਣ ਸਾਰੇ ਜੇਲ੍ਹ ਦੇ ਵਿੱਚ ਹੈਗੇ ਜੀ। ਸੋਨੀ ਜੀ, ਅੱਜ ਤੁਸੀਂ ਸਾਨੂੰ ਸਾਰਾ ਦਿਖਾਓਗੇ ਕਿ ਕਿਸ ਤਰੀਕੇ ਦੇ ਨਾਲ ਚੈਕਿੰਗ ਕਰ ਰਹੇ ਹਾਂ, ਬਿਕਾਜ਼ ਅਸੀਂ ਤਾਂ ਇਕੱਲੇ ਨਹੀਂ ਜਾ ਸਕਦੇ, ਬਟ ਤੁਸੀਂ ਸਾਨੂੰ ਜ਼ਰੂਰ ਗਾਈਡ ਕਰੋ ਕਿ ਕਿਸ ਤਰੀਕੇ ਦੇ ਨਾਲ ਬਾਰਡਰ ਦੇ ਉੱਤੇ ਮੁਸਤੈਦੀ ਹੋਣੀ ਜ਼ਰੂਰੀ ਹੈ, ਕਿਉਂਕਿ ਲੋਕ ਸਵਾਲ ਜ਼ਰੂਰ ਚੁੱਕਦੇ ਨੇ, ਲੇਕਿਨ ਉਹਨਾਂ ਸਵਾਲਾਂ ਦਾ ਜਵਾਬ ਆਖਿਰ ਪੰਜਾਬ ਪੁਲਿਸ ਕਿਸ ਤਰੀਕੇ ਦੇ ਨਾਲ ਦੇਣੀ ਹੈ, ਇਹ ਤੁਸੀਂ ਜ਼ਰੂਰ ਦੇਖੋ। ਕਿਉਂਕਿ ਮੇਰਾ ਬਾਰਡਰ ਏਰੀਆ ਪੈਂਦਾ, ਮੈਂ ਤੁਹਾਨੂੰ ਸਿਰਫ ਬਾਰਡਰ ਦੇ ਜਿਹੜਾ ਥੋੜ੍ਹਾ ਪਿੱਛੇ ਜਿਹੜਾ ਐਂਡ ਵਾਲਾ ਸਾਡਾ ਮੂਵਮੈਂਟ ਹੈਗਾ, ਜਿੱਥੇ ਐਂਡ ਸਾਡਾ ਇੱਕ ਨਾਕਾ ਲੱਗਦਾ ਹੈਗਾ, ਸੈਕੰਡ ਲਾਈਨ ਆਫ ਡਿਫੈਂਸ ਕਹਿੰਦੇ ਹੈਗੇ, ਉੱਥੇ ਤੋਂ ਲਿਜਾ ਸਕਦਾ, ਉਸ ਤੋਂ ਅੱਗੇ ਸਿਰਫ ਅਸੀਂ ਜਾ ਸਕਦੇ ਹਾਂ ਜਾਂ BSF ਜਾ ਸਕਦੇ ਹੈਗੇ, ਅਤੇ ਅਸੀਂ ਉਹ ਪੁਆਇੰਟ ਤੁਹਾਨੂੰ ਮੈਂ ਦਿਖਾ ਸਕਦਾ ਵੀ ਇਸ ਤੋਂ ਅੱਗੇ ਜਿਹੜੀ ਹੈਗੀ ਹੈ ਵੀ ਉਹ ਪੁਆਇੰਟ ਤੁਹਾਨੂੰ ਮੈਂ ਦਿਖਾ ਸਕਦਾ ਹੈਗਾ, ਅਤੇ ਜੇ ਤੁਸੀਂ ਕਹਿੰਦੇ ਵੀ ਮੁਸਤੈਦੀ ਕਿੰਨੀ ਕੀ ਹੈ, ਮੈਂ ਤੁਹਾਨੂੰ ਇਹ ਦੱਸਦਾ ਵੀ ਹੁਣ ਆਪਾਂ ਟੈਲੀਫੋਨ 'ਤੇ ਅਗਰ ਸੈੱਟ ਕਰਕੇ ਗੱਲ ਕਰਦੇ ਹੈਗੇ ਆ, ਅਤੇ 2 ਜਾਂ 3 ਮਿੰਟਾਂ ਦੇ ਵੀ ਜਿਹੜੀ ਸਾਡੀ PCR ਪਾਰਟੀ ਇੱਥੇ ਆਏਗੀ, ਅਸੀਂ ਆਪਣੇ ਆਪ ਨੂੰ ਇੰਨਾ ਸਿਕਿਓਰ ਰੱਖਿਆ ਹੈਗਾ ਵੀ ਵਿਦਨ 2 ਜਾਂ 3 ਮਿੰਟ ਸਾਡੀ PCR ਪਾਰਟੀ ਇੱਥੇ 2 ਮਿੰਟਾਂ 'ਚ ਪਹੁੰਚ ਜਾਏਗੀ। ਅਗਰ ਤੁਸੀਂ ਦੇਖਣਾ ਚਾਹੁੰਦੇ ਤਾਂ ਮੈਂ ਉਹ ਵੀ ਤੁਹਾਨੂੰ ਦਿਖਾ ਦਿੰਦਾ। ਬਿਲਕੁਲ, ਤੁਸੀਂ ਬਿਲਕੁਲ ਬੁਲਾਓ ਉਹਨਾਂ ਨੂੰ। Gol 3 Victor 2 Gol 3 ਬਿਲਕੁਲ, ਅਤੇ PCR ਬੁਲਾਈ ਗਈ ਹੈ। ਅਸੀਂ ਵੈਸੇ ਜਿਹੜਾ ਫੀਮੇਲਸ ਦੇ ਲਈ ਇੱਕ
100 नंबर पर कॉल करके कहते हैं चंडीगढ़ के फैसिलिटी, क्योंकि चंडीगढ़ तो असं आए हैं, तो चंडीगढ़ की फैसिलिटी है कि जी फीमेल्स के लिए 3 मिनट जी कैब आ जाती है जो उन्होंने घर जाना है। तो देखते हैं कि पंजाब के फाजिलका खासकर बॉर्डर एरिया PCR कितनी छेती आती है। लेकिन उस तो पहला तस्वीर तुम्हें दिखाते हैं इतने कि लगातार चैकिंग हो रही है। तुम देखोगे कि रात का समय है, तो क्योंकि ट्रक्स जो ट्राले उन्हें रात को चलते हैं, तो बैरीगेटिंग की गई है, प्रॉपर तरीके दे नाल चेक किया जा रहा है। हर एक वड्डा अफसर जड़ा इत्थे मौजूद है, तो लगातार जी चैकिंग भी की जा रही है। तो यह पहला नाका सानू जड़ा फाजिलका दे विच मिला है, लेकिन इस तो आगे भी जड़ा है सानू जड़ा है होर नाके भी मिलेंगे, जिस तरीके दे नाल DSP सानू दस रहे। लेकिन आखिर इस चीज़ की जी है क्यों जरूरत पई? अतुल जी एक सवाल पूछना चाहती थी कि ये सिर्फ जब तो ड्रोन मिलने शुरू हुए तद तो इस तरीके दे नाल मूवमेंट होंदी है या पहला भी अजिही रहिंदी? बॉर्डर एरिया करके ये नैचुरली रहिंदी रहिंदी है। इत्थे आपां रोज़ दे रोज़ साडे नाके लगदे हैगे, उन्हें कई बार सीनियर ऑफिसर जिहड़े हैगे DSP रैंक दे रात नूं होणगे या SP साहिबान होणगे साडे इत्थे जी। प्रोटोकॉल दे तहत 24 घंटे असी तो हूँ 24 घंटे रहेंगे, ईवन साढ़े SHO वो भी 24 घंटे है, एक थोड़े छोटे छोटे मुलाजम है, उन्होंने असं रैस देने भी चलो भी उन्होंने रैस्ट करनी 8 घंटे कर लीए 9 घंटे कर लीए। कोई पब्लिक डीलिंग होने करके भी उन्होंने यही होंगे भी असं SHO साहब मिलीए तो असं DSP साहब मिलीए जी। हाँ जी अभी तो PCR का वेट कर रहे हूँ। तस्वीर फाजिलका दी दिखा रहे हैं, एक बार एक तुहानू दिखा दें कि उत्थे बोर्ड तुसी देख सकते हो कि कितना डिफरेंस है। मतलब जिस श्री गंगानगर यानी कि राजस्थान का बॉर्डर नाल लगता है, तो अबोहर का जोड़ा है इतने पैदा है, तो फाजिलका का जोड़ा उत्थे किलोमीटर पै रहा है, तो बस स्टैंड जोड़ा है कि फिरोजपुर का जोड़ा बॉर्डर है वो कितने, तो पूरी जी लोकेशन इतने लगाई गई है। तो क्योंकि इस इलाके का जोड़ा बॉर्डर है एक पास राजस्थान, तो एक पास अबोहर, तो एक पास जोड़ा फिरोजपुर जोड़ा वो जोड़ा नाल लगता, तो इस करके मूवमेंट तुम देखो मैं भी आवाज़ सुनाई दे रही है। तो PCR की जी इन्होंने कही थी कि 2 मिनटा जी इतने पहुँच जाती है। बिल्कुल बिल्कुल बहुत ही ज़्यादा क्विक रिएक्शन टीम कही है इनू। तुसी देखो पुछोगे इन्हों भी हाँ भी कितने से किन्ने सैकंड जिते पहुँच गए, तो दे विल डू देयर बेस्ट भी एकदम उन्होंने इनफॉर्मेशन मिलते नाल दी नाल ही उस पॉइंट पर पहुँच जाते हैं जी। सत्या बेटा पर ये चीज़ सर बहुत अच्छी है, बिकॉज असी पंजाब की जल गद करते पुलिसिंग की, वैसे जिम्मे दस रही तुम्हें भी चंडीगढ़ काम किया होना, तो उत्तर बहुत छेती छेती PCR जा जाती है, तो बाकी पंजाब के लिए लोग कहें कि PCR छेती नहीं आती, बहुत टाइम लगा दी है पुलिस आने के, लेकिन यह सिस्टम किस तरीके एस्टैबलिश किया? हम देखो मेरी ज़्यादा ज़्यादा पोस्टिंग है, मैं चंडीगढ़ मोहाली और फतेहगढ़ साहब के नाल रहा, तो मेरी 2 साल मेरी UN के भी डेपूटेशन रही है, तो जो तुम अपने आप को देखोगे या जो सीनियर अफसर तुम्हें गाइड करेंगे भी उसी वेले सू टिच नाल दी नाल प्रोग्राम चाहिए, तो उस सामने भी देखा हले एक 2 मिनट पूरे नहीं होएगा जब मेरी 1 PCR आ गई है, तो 1 PCR साड़ी हो रहा है वो भी थोड़े को 2 मिनट जा जाएगी उसे जी। सर सिर्फ बाइक से रखी गड्डिया भी रखी? नहीं साढ़े को गड्डिया भी है, ड्यूटी अफसर साडा जो है जिप्सी तो है, जी जिम्मे छोटे छोटे पिंड है पिंडों के जिम्मे कोई तस्कर निकल गया तो फिर PCR सू कंट्रोल कर दी गई है। नाल भी गलबात कर लेंदी। हाँ जी की नाम है जी? भाजी SC प्रशोधन कुमार जी। जी क्योंकि तुसी बॉर्डर एरिया दे विच रहंदे हो, ते तुहानू किन्ना रोज़ दा तुसी जिहड़ा अपना पेट्रोलिंग करदे हो पूरे दिन दे विच? असी जी एक हफ्ता साडी डे शिफ्ट हुंदी है, एक हफ्ता नाइट हुंदी है जी। नाइट दे विच साढ़े 3 PCR जां 4 हुंदे आ, ते लगभग साडा जी नाइट नाइट दे विच 50 तों 60 किलोमीटर बाइक चल जांदा जी। ट्रैवल करदे रहंदे हो? बिल्कुल। अच्छा ते किन्ना मतलब कि इलाकों ज़्यादा जाते हो? इतने 4 पार्टों के सानू शहर वंड के दिता है जी, 4 पार्टों के जिवें 1 नंबर बीट, 2 नंबर जी, 3 नंबर आपो अपना एरिया आपो अपने संभालना, जिन्हें भी पॉइंट ने जिन्हें मान लो मेरे को 1 नंबर बीट है जी, 1 नंबर बीट के 4 पिंड आते हैं जी, तो अद्धा शहर आता जी, ये मैं संभालना जी, 2 वाले ने 2 संभालना, 3 वाले ने 3, इस तरह जिवें 4 बैक ने आपो अपनी बीट संभालनी सारे ने जी। ज़्यादातर जी कॉल्स आदि हैं तो किस नंबर पर सब तो पहला कॉल करते हैं, तो कि ज़्यादा मामले सामने आते? मामले जी इस तरह 112 की कंप्लेट ज़्यादा आती है, जेकर कोई मान लो घर के प्रॉब्लम होगी ज़्यादा करके लोग, हाँ जी ज़्यादा करके लोग 112 की करते हैं जी, तो जो वैसे लड़ाई झगड़ा हो जाए वो अपने थाने के नंबर से करेंगे कॉन्टैक्ट, थाने वाले सानू आप अपनी बीट के दस देंगे भी इतने आ हो रहा जी, इतने आ हो रहा है तुम पहुँचो, असी 1-2 मिनटों के पहुँच जाने जी। मतलब टारगेट रहता 2 मिनट? बिल्कुल जी बिल्कुल। हाँ जी
हाँ जी फिलहाल जो कितने होर पैसे गए हैं कोई लड़ाई झगड़े थे नाल वाली बीट नू कह देंदे वो मुलाजिम उत्थे जाके कवर करूगा जी जी। ते सर एक होर चीज़ केड़ा नंबर तुसी मतलब रखे है 100 नंबर या 112 की कोई भी कॉल कर सकते हैं कोई अपना भी इतों का कोई नंबर हैगा? नहीं मेन साढ़े जो 100 नंबर है वही चलता है या SHO का एक परसनल नंबर है जो भी अपना तो एक सरकारी नंबर है तो सरकारी नंबर साढ़े दोनों चलते हैं मुंशी का भी चलता है जो पुलिस स्टेशन 24 घंटे हाजिर रहता है तो उस तरह का सेम जो नंबर है SHO का चलता है जी वो सरकारी नंबर ने दोनों शिकायत बहुत आती है कि पुलिस फ्रेंडली नहीं है इस चीज़ में तो हूँ मैं तुम्हें नहीं कह सकता क्योंकि तुम इतने जलालाबाद आए हो तुम आप एक बार इतने पब्लिक को पूछो भी पुलिस फ्रेंडली हैगी कि नहीं हैगी ईवन के रिक्शे वाला भी ईवन के रिक्शे वाला भी SHO को बड़े आराम मिल सकता है ईवन की रिक्शे वाला जाके या जो लेबर वाला बंदा है मेरे DSP ऑफिस के भी जाके मेरे को आगे मिल सकता है जी। लोगों ना जरूर पूछांगी लेकिन मैं ये पूछ रही हूँ कि तुसी किस तरीके लोगों नू लोग डरते हैं ना पुलिस कंप्लेंट करन दी कि कितने पचड़े च फस जाएंगे तो तुसी किस तरीके नाल उन्हां नू कहिए कि एक कोऑर्डिनेट रिलेशन बनाने की कोशिश करते हो लोगों के नाल? एक बार ये सिर्फ हेल्पफुल होंगे भी अगर वो सानू जिन्ना कोऑपरेट करेंगे उस तो बाद असी करने की कोशिश करांगे अगर वो सानू डरदे गए तो सानू ये भी उन्होंने होर इन्ने फैमिलियर हो गए भी नहीं तो जाके गल ही जे या SHO नू दसनी या DSP सानू दसनी है तो असी यही इतने रिलेशन बनाया कि फैमिली का रिलेशन है इतने इन्ना प्यार इतने मिलता है इन्ना लोग सानू सपोर्ट करते हैं वो सपोर्ट के करके ही सानू जिहड़ा असी इन्ना क्राइम के उपर टप पाया जी तुसीं देखोगे साडी दूजी PCR भी नाल आ गई इतने जी दस रहे कि PCR बिल्कुल टाइमली आ गई है तो बिल्कुल सर ये चीज़ा देखते हैं तो अपने आप को सिक्योर महसूस करते हैं लोग भी अपने आप को सिक्योर महसूस करते हैं बिल्कुल यही है जी मैं इन्ना मैं अपने आप नहीं दस सकता जिन्हें इतने लोकल बंदे भी देखो इतने घूम रहे भी जिन्होंने भी पूछोगे हाँ भी इतने पुलिस की वर्किंग की है कि टाइम से पुलिस आ जाती है इतने के माहौल है देखते हैं सर है ना ठीक है बिल्कुल तो ये तस्वीर तुम्हें दिखाई हैं PCR जी दो मिनट जिते पहुँच गई जोड़ा इन्हों का टाइम सेगा तो अगे देखी हालात ने वो भी तुम्हें दिखाते हैं क्योंकि असी सिर्फ कह सकते हैं सवाल चुक सकते हैं लेकिन रियालिटी की है किस तरीके के नाल पंजाब पुलिस काम कर रही है ये देखना भी साडा फर्ज है। इतने मेन साडा होंगे कि जिम्मे बुलेट प्रूफ गड्डी है उतों की कोई घुसपैठ होंगी या कोई ड्रोन आंदा है तो उस अगर कोई मूवमेंट होंगी भी वैपन की या कोई इतने नेल का बंदा कोई चक्कर लगे तो वो बुलेट प्रूफ वैपन के नाल उपर लड़का बैठा है ना 6 बंदे इतने जोड़े हो सारे नाके के उपर खड़े हो किसी भी तरह की कोई मूवमेंट होंगी जो क्योंकि छोटे जे पिंड है छोटे जे पिंड पता लगता भी रिश्तेदार कौन आ रहे हैं। तुसी इस तो पहला मोहाली चंडीगढ़ भी काम किया फतेहगढ़ साहिब भी काम किया कि डिफरेंट महसूस करते हो बॉर्डर एरिया दे विच काम करना ते जिहड़े नॉन बॉर्डर एरियाज ते काम करना टोटली डिफरेंट है चंडीगढ़ मोहाली और फतेहगढ़ साहब तो ये तो बिल्कुल दुनिया ही लगेगी इस पासे जी। BSF तो बाद सेकंड डिफेंस फोर्स जिन्हों कहते हैं पंजाब दे विच असी इंटरनेशनल बॉर्डर दे नाल क्योंकि है इस वेले ते पंजाब पुलिस दी जिहड़ा मुस्तैदी दी असी गल कर रहे सी एक बारी तुहानू नाका दिखाया फाजिलका दे विच हुण इत्थे भी जिहड़ा है डिफेंस जिहड़ी फोर्स कह लो या पंजाब पुलिस कह लो DSP सर गड्डी इतने खड़ी की है किस तरीके नाल इतने मुस्तैदी रहती है? ये जो सैकंड डिफेंस का नाका है ठाली फूला सिंह इन कहें तो इतने जो इस तो अगर बिल्कुल अगर होर तो एक किलोमीटर जाओगे इतने तो बॉर्डर शुरू हो जाएगा नाल तो देखोगे इतने हम जी एक नेड़े घर रह लेंगे पर इन्हों की पूरी सर्च चलती इस वे इतने मेन साडा होंगे कि जिम्मे बुलेट प्रूफ गड्डी है उतों की कोई घुसपैठ होंगी या कोई ड्रोन आंदा है तो उस अगर कोई मूवमेंट होंगी भी वैपन की या कोई इतने नेल का बंदा कोई चक्कर लगे तो वो बुलेट प्रूफ वैपन के नाल उपर लड़का बैठा है ना 6 बंदे इतने जोड़े हो सारे नाके के उपर खड़े हो 2.5 किलोमीटर के उपर जो तुम लैफ्ट ले लोगे राइट ले लोगे उतने मोटरसाइकिल वाली पार्टी खड़ी होगी भी अगर कई बार बंदा कोई इधरों भज जाता है तो मोटरसाइकिल पार्टी उन्होंने कवर करेगी दोनों पास जी। पिंडा दे विच किन्ना औखा होंदा है जब कोई तुहानू पता चलता है कि कोई दोषी है या भजन की कोशिश कर रहा है किन्ना डिफिकल्ट रहिंदा है? नेचुरल डिफिकल्ट है क्योंकि घर घर के बीच पता नहीं लगता भी कि कितों की बढ़ गया पर मेन है कि भी जो थोड़े सोर्स चंगे है कि थोड़े जो है सरपंच या थोड़े कोऑर्डिनेशन चंगा है तो बंदा दस दिंदा भी ये वाला बंदा माड़ा काम कर रहा है भी जो पहले मोटरसाइकिल दे चुका तो हूँ गड्डी लैके जा रहा है या पहले ये बड़ा खाँदा चीज़ का तो हूँ ये चीज़ खा रहा है तो वह पता लग जाता भी बंदा कि जो गलत काम कर रहा है। इस तो इलावा जो असी जागरूकता की गल करते हो कि तुसी दोपहरे इतने लोगों जागरूक भी करते कि जे कोई आया जा रहा है तो कुछ ध्यान रखा जाए? इतने बिल्कुल इन्होंने साड़ी मीटिंग चलती रहती है कि सारी कमेटियां बनाई हुई हैं कि किसी भी तरह की कोई मूवमेंट होंगी जो क्योंकि छोटे जे पिंड है छोटे जे पिंड पता लगता भी रिश्तेदार कौन आ रहा है भी वो रिश्तेदारी भी जी होंगी उन्होंने एंट्री जी पुलिस स्टेशन भी या पुलिस चौकी के होएगी पर जोड़ा भी बंदा इतने आएगा सूँ पता होगा भी कि बंदा आ रहा है। सर
अज भी इनफॉर्मेशन मिली है कि ड्रोन बरामद किया गया। हाँ, ड्रोन की मूवमेंट हो ही गई है, मैं थोड़ा उत्तर लैके चलता है भी थोड़ी दूर है तो सारे साढ़े जो ऑफिसर ने तो सारा पता लगेगा भी किमें नाके लगे हो गया, BSF की कर रही है, तो जो तुम कहो तो अपने चलते हैं जी। जी मैम बिल्कुल, तो एक बार तस्वीर तुम्हें दिखा दें कि किस तरीके बुलेट प्रूफ जी गड्डी इतने खड़ी है, तो आले दुआले जेकर कोई अजिही मूवमेंट आती है तो कंट्रोल करने के लिए इतने क्विक रिस्पोंस टीम के तहत जी इतने बुलेट प्रूफ गड्डी खड़ी है। इस तो इलावा जो पुलिस मुलाजिम है वो भी लगातार इतने 24 घंटे ड्यूटी के रेंदे हैं, शिफ्ट जी चेंज होती रही जिस तरीके अतुल सोनी जी ने दसिया, तो अधिकारी ने जो DSP ने या SSP पद्धर के जो अधिकारी ने उन 24 घंटे जोड़े सर्विलेंस में रेंदे हैं सर कह सकते हैं। हाँ जी बिल्कुल, सर्विस से रेंदे है क्योंकि इतने के साथ दूजे इंटैलीजेंस के बंद भी बॉर्डर होंगे करके तो उन्होंने एक एक पिंड एक बंद का पता भी किड़ा बंदा आ रहा है कि जा रहा है, तो इसी वास्ते अभी सरपंचों जो होर इतने मैंबरस हैं उन्होंने दस देंगे कि कोई भी बंदा अगर बाहर तो आता तो वो एंट्री इतने लाजमी हैगी जी, भी रजिस्टर जो एंट्री हुई भी कौन आया किन्ने दिन वास्ते आया, फिर अभी वो बैकग्राउंड पता करते हैं भी हाँ भी ठीक है बंदा कि नहीं है। तुम इस तो पहला मोहाली चंडीगढ़ भी काम किया, फतेहगढ़ साहिब भी काम किया, कि डिफरेंट महसूस करते हो बॉर्डर एरिया दे विच काम करना ते जिहड़े नॉन बॉर्डर एरियाज ते काम करना? ये 100% डिफरेंट है जी, बिल्कुल डिफरेंस है क्योंकि इतने असं अगर रात को गश्त करते हैं इट मीनस भी कोई एक्सीडेंट हो गया या कि चोरी दी होगी, पर इतने तो है ही बिल्कुल डिफरेंट क्योंकि बॉर्डर एरिया पैंदा नाल पाकिस्तान लगता है, इतने जी कोई ड्रोन की एक्टिविटी होगी या होर कोई NDPS है क्योंकि इतने ज़्यादा चिट्टे का भी बहुत ज़्यादा हम पिछले वैपन भी रिकवर किए गए, तो टोटली डिफरेंट है चंडीगढ़ मोहाली और फतेहगढ़ साहब तो बिल्कुल दुनिया ही लगेगी इस पास जी। हाँ जी बिल्कुल, तो आगे भी देखते हैं कि किस तरीके आगे मुस्तैदी पंजाब पुलिस की रहती है। पुलिस मुलाजमान दी फैमिली प्रॉब्लम भी होंगे उन्होंने भी एक्टिव करना पैंता और प्लस उन्होंने हेल्प भी करनी पैंती है, उन्होंने गल भी सुननी पैंती है। ਕਿਹੜੇ-ਕਿਹੜੇ ਅਥਾਰਟੀਜ਼ ਦੇ ਨਾਲ ਕੋਆਰਡੀਨੇਸ਼ਨ ਰਹਿੰਦਾ ਹੈ ਤੁਹਾਡਾ ਜਦ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਹਰਕਤ ਦੇਖਦੇ ਹੋ, ਕੋਈ ਡਰੋਨ ਆ ਰਿਹਾ ਹੈ ਜਾਂ ਕੋਈ ਰਿਕਵਰੀ ਕਰਦੇ ਹਾਂ ਤਾਂ? ਐਕਚੁਅਲੀ ਮੈਡਮ ਇਹਦੇ 'ਚ ਕੀ ਹੁੰਦਾ ਕਿ ਇੱਥੇ ਇੰਡੀਆ ਦੀਆਂ ਸਾਰੀਆਂ ਹੀ ਏਜੰਸੀਜ਼ ਨੇ IBA ਹੈ। ਸਰਹੱਦੀ ਖੇਤਰਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਪੈਟਰੋਲਿੰਗ ਜਾਰੀ ਰਹਿੰਦੀ ਹੈ ਪੰਜਾਬ ਪੁਲਿਸ ਦੀ, ਅਤੇ 14 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੈ ਅਜਿਹੇ ਦੇ ਵਿੱਚ ਜਿੱਥੇ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਨੇ ਕੰਬਲਾਂ ਦੇ ਵਿੱਚ ਨੇ, ਲੇਕਿਨ ਪੰਜਾਬ ਪੁਲਿਸ ਔਨ ਡਿਊਟੀ ਹੈ ਅਤੇ ਅਸੀਂ ਕਿਉਂਕਿ ਬਾਰਡਰ ਏਰੀਆ ਵੱਲ ਜਾ ਰਹੇ ਸੀਗੇ ਅਤੇ ਸਾਨੂੰ ਇੱਥੇ SP ਗੁਰਵਿੰਦਰ ਜੀ ਮਿਲੇ ਨੇ। ਸਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਪੰਜਾਬ ਟੁਡੇ ਦੇ ਵਿੱਚ। ਥੈਂਕ ਯੂ ਮੈਮ। ਸਰ ਪੈਟਰੋਲਿੰਗ ਤੁਸੀਂ ਕਰ ਰਹੇ ਹੋ 14 ਡਿਗਰੀ ਸੈਲਸੀਅਸ ਟੈਂਪਰੇਚਰ, ਮੈਂ ਹੁਣੇ ਚੈੱਕ ਕਰ ਰਹੀ ਸੀਗੀ, ਅਤੇ ਕਿੰਨਾ ਜ਼ਿਆਦਾ ਮੁਸ਼ਕਿਲ ਰਹਿੰਦਾ ਹੈ ਇਹ ਇਸ ਤਰੀਕੇ ਦੇ ਨਾਲ ਕੰਮ ਕਰਨਾ? ਹਾਲਾਂਕਿ ਤੁਸੀਂ ਕਹੋਗੇ ਕਿ ਡਿਊਟੀ ਹੈ, ਬਟ ਫਿਰ ਵੀ ਕਿਉਂਕਿ ਫੈਮਿਲੀ ਤੁਹਾਡੀ ਵੀ ਹੈ ਨਾ, ਅਤੇ ਕਿਸ ਤਰੀਕੇ ਦੇ ਨਾਲ ਟੈਕਲ ਕਰਦੇ ਹੋ, ਟੀਮ ਨੂੰ ਖੁਦ ਨੂੰ ਕਿਸ ਤਰੀਕੇ ਨਾਲ ਮੋਟੀਵੇਟ ਰੱਖਦੇ ਹੋ? ਐਕਚੁਲੀ ਮੈਡਮ ਜੋ ਪੰਜਾਬ ਪੁਲਿਸ ਨੂੰ ਅਲੱਗ ਅਲੱਗ ਤਰ੍ਹਾਂ ਦੇ ਟਾਰਗੇਟਸ ਮਿਲਦੇ ਨੇ, ਸੋ ਸਾਨੂੰ ਬਾਰਡਰ ਏਰੀਆ ਦਾ ਟਾਰਗੇਟ ਮਿਲਿਆ ਹੋਇਆ ਔਰ ਕਈ ਵਾਰੀ ਅਲਰਟ ਹੁੰਦਾ ਜਾਂ ਕੋਈ ਡਰੋਨ ਐਕਟੀਵਿਟੀ ਹੁੰਦੀ ਆ ਅਤੇ ਸਾਨੂੰ ਰਾਤ ਨੂੰ ਆ ਕੇ ਇੱਥੇ ਕੋਡਨ ਕਰਨਾ ਪੈਂਦਾ, ਜਿੰਨਾ ਚਿਰ ਅਸੀਂ ਨਹੀਂ ਆਉਂਦੇ ਗਏ ਫਿਰ ਉਨੀ ਦੇਰ ਛੋਟੀ ਫੋਰਸ ਮੋਟੀਵੇਟ ਨਹੀਂ ਹੁੰਦੀ, ਉਹਨਾਂ ਨੂੰ ਉਹਨਾਂ 'ਚ ਜੋਸ਼ ਭਰਨਾ ਵੀ ਪੈਂਦਾ। ਕਈ ਵਾਰੀ ਕਈ ਪੁਲਿਸ ਮੁਲਾਜ਼ਮਾਂ ਦੀਆਂ ਫੈਮਿਲੀ ਪ੍ਰੋਬਲਮਸ ਵੀ ਹੁੰਦੀਆਂ, ਉਹਨਾਂ ਨੂੰ ਵੀ ਐਕਟਿਵ ਕਰਨਾ ਪੈਂਦਾ ਔਰ ਪਲੱਸ ਉਹਨਾਂ ਦੀ ਹੈਲਪ ਵੀ ਕਰਨੀ ਪੈਂਦੀ ਆ, ਉਹਨਾਂ ਦੀ ਗੱਲ ਵੀ ਸੁਣਨੀ ਪੈਂਦੀ ਆ, ਔਰ ਜਿੰਨਾ ਚਿਰ ਅਸੀਂ ਪ੍ਰੈਜੈਂਟ ਨਹੀਂ ਰਹਿੰਦੇ ਉਨਾਂ ਚਿਰ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਸੋ ਸਾਡੇ ਆਉਣ ਨਾਲ ਇਹ ਮੋਟੀਵੇਟ ਵੀ ਹੁੰਦੇ ਨੇ ਔਰ ਇਹਨਾਂ 'ਚ ਡਿਊਟੀ ਕਰਨ ਦਾ ਜਿਹੜਾ ਹੈਗਾ ਕਪੈਸਿਟੀ ਵੱਧਦੀ ਹੈ। ਵੈਸੇ ਹਮੇਸ਼ਾ ਹੀ ਕਿਹਾ ਜਾਂਦਾ ਕਿ ਸੋਲਜਰ ਇਜ਼ ਔਨ ਡਿਊਟੀ, ਬਟ ਅਸੀਂ ਇੱਥੇ ਦੇਖ ਰਹੇ ਕਿ ਪੰਜਾਬ ਪੁਲਿਸ ਇਜ਼ ਔਨ ਡਿਊਟੀ। ਨਹੀਂ ਐਕਚੁਅਲੀ ਪਿੱਛੇ BSF ਆ ਬਾਰਡਰ 'ਤੇ ਔਰ ਅੱਜ ਵੀ ਕੋਈ ਡਰੋਨ ਦੀ ਐਕਟੀਵਿਟੀ ਦੇ ਬਾਰੇ ਇਨਫੋਰਮੇਸ਼ਨ ਆਈ ਸੀ, ਤਾਂ ਅਸੀਂ ਇਸ ਏਰੀਏ ਨੂੰ ਕੋਡਨ ਕੀਤਾ ਹੋਇਆ ਔਰ ਕੋਈ ਨਾਕੇ ਵਗੈਰਾ ਲਾ ਕੇ ਉਸ ਚੀਜ਼ ਨੂੰ ਕਵਰ ਕੀਤਾ ਹੋਇਆ ਔਰ ਸੁਬਹ ਅਰਲੀ ਮੋਰਨਿੰਗ ਇਹਨੂੰ ਸਰਚ ਕਰਾਂਗੇ। ਸਰ ਕੋਆਰਡੀਨੇਸ਼ਨ ਦੀ ਗੱਲ ਕਰੀਏ, ਕਿਹੜੇ-ਕਿਹੜੇ ਅਥਾਰਟੀਜ਼ ਦੇ ਨਾਲ ਕੋਆਰਡੀਨੇਸ਼ਨ ਰਹਿੰਦਾ ਹੈ ਤੁਹਾਡਾ ਜਦ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਹਰਕਤ ਦੇਖਦੇ ਹੋ, ਕੋਈ ਡਰੋਨ ਆ ਰਿਹਾ ਹੈ ਜਾਂ ਕੋਈ ਰਿਕਵਰੀ ਕਰਦੇ ਹਾਂ ਤਾਂ? ਐਕਚੁਅਲੀ ਮੈਡਮ ਇਹਦੇ 'ਚ ਕੀ ਹੁੰਦਾ ਕਿ ਇੱਥੇ ਇੰਡੀਆ ਦੀਆਂ ਸਾਰੀਆਂ ਹੀ ਏਜੰਸੀਜ਼ ਨੇ, IBA ਹੈ, BSF ਇੰਟੈਲੀਜੈਂਸ ਆ, ਆਰਮੀ ਇੰਟੈਲੀਜੈਂਸ ਆ, ਆਰਮੀ ਆ ਔਰ ਸਾਡੀ ਇੰਟੈਲੀਜੈਂਸ ਆ, ਪਲੱਸ ਸਾਡੀ ਸਪੈਸ਼ਲ ਬ੍ਰਾਂਚ ਆ, ਡਿਸਟ੍ਰਿਕਟ ਪੁਲਿਸ ਆ, BSF ਆ, ਸੋ ਹਰ ਤਰ੍ਹਾਂ ਦਾ ਜਿਹੜਾ ਹੈਗਾ ਨੈੱਟਵਰਕ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ, ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਆਪਸ ਵਿੱਚ ਸ਼ੇਅਰ ਹੁੰਦੀ ਆ ਅਤੇ ਤੁਰੰਤ ਉਸ ਨੂੰ ਜਿਹੜਾ ਸਾਰਿਆਂ 'ਤੇ ਲਾਗੂ ਕੀਤਾ ਜਾਂਦਾ। ਤਾਲਮੇਲ ਬਣਿਆ ਰਹਿੰਦਾ ਹੈ, ਕੋਈ ਅਜਿਹਾ ਨਹੀਂ ਹੁੰਦਾ ਕਿ ਕਈ ਵਾਰ ਇਨਫੋਰਮੇਸ਼ਨ ਲੇਟ ਹੋ ਜਾਏ ਥੋੜ੍ਹੀ ਜਿਹੀ? ਨਹੀਂ, ਇਨਫੋਰਮੇਸ਼ਨ ਲੇਟ ਦਾ ਕਈ ਵਾਰੀ ਬਾਰਡਰ 'ਤੇ ਕਈ ਵਾਰ ਰੇਂਜ ਵਗੈਰਾ ਨਹੀਂ ਹੁੰਦੀ ਗੀ ਇਨਫੋਰਮੇਸ਼ਨ
ਨੂੰ ਪਹੁੰਚਾਉਣ ਤੇ ਕੁਝ ਟਾਈਮ ਲੱਗਦਾ ਪਰ ਜ਼ਿਆਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਲੇਟ ਆ ਜਾਂ ਕੁਝ ਇਹੋ ਜਿਹਾ ਨਹੀਂ ਹੁੰਦਾ। ਪਿਛਲੇ ਦਿਨੀ ਇੱਥੇ ਵੱਡੀ ਰਿਕਵਰੀ ਹੋਈ ਸੀਗੀ ਹੀਰੋਇਨ ਦੀ ਤੇ ਹਥਿਆਰਾਂ ਦੀ ਵੀ, ਉਸ ਕੇਸ ਦੇ ਵਿੱਚ ਤਾਂ ਅਸੀਂ ਦੇਖ ਰਹੇ ਸੀਗੇ ਕਿ ਕੋਆਰਡੀਨੇਸ਼ਨ ਨਜ਼ਰ ਵੀ ਆਇਆ, ਲੇਕਿਨ ਉਸ ਤੋਂ ਇਲਾਵਾ ਸਰ ਹੋਰ ਜੇਕਰ ਇੱਥੇ ਕੇਸਿਸ ਦੀ ਗੱਲ ਕਰੀਏ ਹਥਿਆਰਾਂ ਦੀ ਜਿਸ ਤਰੀਕੇ ਦੇ ਨਾਲ ਡਰੋਨ ਦੇ ਰਾਹੀਂ ਆ ਰਹੇ ਹੈ, ਹੁਣ ਕੀ ਟੈਕਨੋਲੋਜੀ ਤੁਸੀਂ ਦੇਖਦੇ ਹੋ ਨਵੀਂ ਆ ਰਹੀ ਹੈ ਇੱਥੇ, ਕਿਉਂਕਿ 50-50 ਕਿਲੋ ਦਾ ਵੇਟ ਜਿਹੜਾ ਹੈ ਉਹ ਚੱਕ ਲੈਂਦੇ ਡਰੋਨ ਜਿਹੜਾ ਕਿ ਹੁਣ ਸਾਹਮਣੇ ਵੀ ਆ ਰਿਹਾ? ਨਹੀਂ ਮੈਡਮ, 50 ਕਿਲੋ ਤੱਕ ਤਾਂ ਪੋਸੀਬਲ ਨਹੀਂ ਹੈ, ਸਾਹਮਣੇ ਵੀ ਨਹੀਂ ਆਇਆ, ਬਟ ਕੁਛ ਹੱਦ ਤੱਕ ਜਿਹੜਾ ਹੈਗਾ ਉਹ ਡਰੋਨ ਜਿਹੜੇ ਹੈਗੇ ਆ ਲੈ ਕੇ ਆ ਰਹੇ ਨੇ ਵੇਟ। ਕਾਫੀ ਹੱਦ ਤੱਕ ਅਸੀਂ ਆਵਾਜ਼ ਦੀ ਜਾਂ ਉਹਦੀ ਬਲਿੰਕਿੰਗ ਦੀ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਪਿੰਡਾਂ ਵਿੱਚੋਂ, ਸਾਡੇ ਪਿੰਡਾਂ ਦੇ ਵਿੱਚ ਸਰਪੰਚ ਜਿਹੜੇ ਸਾਡੇ ਪੁਲਿਸ ਮਦਾਦੀ ਲੋਕ ਹੁੰਦੇ ਨੇ ਉਹਨਾਂ ਨਾਲ ਸਾਡਾ ਤਾਲਮੇਲ ਰਹਿੰਦਾ, ਕਿਸੇ ਤਰ੍ਹਾਂ ਦੀ ਆਵਾਜ਼ ਗੂੰਜ ਜਾਂ ਉਹਨਾਂ ਨੂੰ ਪਤਾ ਲੱਗਦਾ ਉਸ ਏਰੀਏ ਦੇ ਵਿੱਚ ਤਾਂ ਸਾਨੂੰ ਤੁਰੰਤ ਇਨਫੋਰਮੇਸ਼ਨ ਦਿੰਦੇ ਨੇ, ਸਾਡਾ ਉਹਨਾਂ ਦੇ ਨਾਲ ਤਾਲਮੇਲ ਬਣਿਆ ਰਹਿੰਦਾ। ਇੱਕ ਕਹਿ ਲਓ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਮੇਟੀਜ਼ ਬਣਾਈਆਂ ਹੋਈਆਂ ਉਹ ਸਾਡੇ ਨਾਲ ਜੁੜੀਆਂ ਹੋਈਆਂ ਨੇ, ਅਸੀਂ ਵੀ ਉਹਨਾਂ ਨਾਲ ਜੁੜੇ ਹੋਏ ਹਾਂ, ਤਾਲਮੇਲ ਬਣਾਈ ਰੱਖਦੇ ਹਾਂ। SHO ਸਾਡੇ ਚੌਂਕੀ ਇੰਚਾਰਜ DSP ਸਾਹਿਬਾਨ, ਤਾਂ ਅਸੀਂ ਵੀ ਆਪ ਜਾ ਕੇ ਵਿਜਿਟ ਕਰਦੇ ਰਹਿੰਦੇ ਹਾਂ, ਉਹਨਾਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਾਂ। ਸੋ ਇਹ ਚੀਜ਼ ਤਾਲਮੇਲ ਬਣਾਉਣਾ ਬੜਾ ਜ਼ਰੂਰੀ ਆ, ਕਿਉਂਕਿ ਕਈ ਚੀਜ਼ਾਂ ਸਾਨੂੰ ਨਹੀਂ ਪਤਾ ਲੱਗਦੀਆਂ। ਸਰ ਲੇਕਿਨ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਮੈਂ ਡਰੋਨ ਦੀ ਟੈਕਨੋਲੋਜੀ ਦੀ ਗੱਲ ਕਰ ਰਹੀ ਹਾਂ, ਕਈ ਲੋਕ ਕਹਿੰਦੇ ਨੇ ਕਿ ਹੁਣ ਆਵਾਜ਼ ਵੀ ਨਹੀਂ ਆਉਂਦੀ, ਕਈ ਥਾਂ 'ਤੇ ਅਸੀਂ ਦੇਖਦੇ ਹਾਂ ਕਿ ਡਰੋਨ ਦੀ ਮੂਵਮੈਂਟ ਹੋ ਰਹੀ, ਸਿਰਫ ਹਵਾ ਦੇ ਨਾਲ ਪਤਾ ਲੱਗਦਾ ਕਿ ਕੁਛ ਉੜਿਆ ਹੈ, ਹੁਣ ਆਵਾਜ਼ ਵੀ ਨਹੀਂ ਆਉਂਦੀ, ਕਿਉਂਕਿ ਉਹ ਟੈਕਨੋਲੋਜੀ ਜਿਹੜੀ ਆ ਹੁਣ ਇਸਤੇਮਾਲ ਕੀਤੀ ਜਾ ਰਹੀ ਹੈ ਅਤੇ ਨਵੇਂ ਨਵੇਂ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਹੈ। ਮੈਮ ਜਿਸ ਤਰ੍ਹਾਂ ਡਰੋਨ ਦੀਆਂ ਜਿਹੜੀਆਂ ਹੈਗੀਆਂ ਟੈਕਨੋਲੋਜੀ ਨੂੰ ਲੇਟੈਸਟ ਮਾਰਕੀਟ ਦੇ ਵਿੱਚ ਵਰਲਡ ਲੈਵਲ 'ਤੇ ਆ ਰਹੀ ਆ, ਔਰ ਇਸਦੀ ਕਾਟ ਵੀ ਜਲਦੀ ਜਿਹੜੀ ਹੈਗੀ ਆ ਏਜੰਸੀ ਲੱਗੀਆਂ ਹੋਈਆਂ ਨੇ, ਗੌਰਮੈਂਟ ਲੱਗੀ ਹੋਈ ਆ, ਔਰ ਜਲਦੀ ਇਸਦਾ ਕੋਈ ਨਾ ਕੋਈ ਸਲਿਊਸ਼ਨ ਵੀ ਨਿਕਲੂਗਾ, ਪਰ ਫਿਲਹਾਲ ਅਸੀਂ ਇਹਨੂੰ ਆਵਾਜ਼ 'ਤੇ ਅਤੇ ਇਹਨੂੰ ਇਹਦੀ ਬਲਿੰਕਿੰਗ ਨੂੰ ਦੇਖ ਕੇ, ਆਵਾਜ਼ ਨੂੰ ਦੇਖ ਕੇ, ਸੁਣ ਕੇ ਇਸਦਾ ਜਿਹੜਾ ਹੈਗਾ ਉਹ ਟਾਰਗੇਟ ਕੀਤਾ। ਬਾਅਦ ਸਰ ਇੱਥੇ ਜਦ ਉਹਨਾਂ ਨੂੰ ਫੜਿਆ ਜਾਂਦਾ ਅਤੇ ਉਸਦੀ ਚੈਕਿੰਗ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਜਾਂ ਟੈਕਨੋਲੋਜੀ ਦੇਖੀ ਜਾਂਦੀ ਹੈ ਸਾਡੇ ਕੋਲ ਹੈ ਜਾਂ ਨਹੀਂ ਹੈ, ਇਸ ਤਰੀਕੇ ਦਾ ਕੁਛ ਹੁੰਦਾ? ਜਦੋਂ ਡਰੋਨ ਰਿਕਵਰ ਹੋ ਜਾਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਉਹਦੀ ਮੂਵਮੈਂਟ ਚੈੱਕ ਕਰਦੇ ਹਾਂ, ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਇਹ ਕਿੰਨੇ ਵਾਰੀ ਇੱਧਰ ਆਇਆ ਜਾਂ ਇਹਦੀ ਕਿੱਥੇ ਕਿੱਥੇ ਮੂਵਮੈਂਟ ਹੋਈ ਆ, ਉਸ ਏਰੀਏ ਨੂੰ ਜਿਹੜਾ ਹੈਗਾ ਅਸੀਂ ਟੈਕਨੀਕਲ ਤਰੀਕੇ ਨਾਲ ਚੱਕਦੇ ਹਾਂ ਔਰ ਚੈੱਕ ਕਰਦੇ ਹਾਂ, ਵੈਰੀਫਾਈ ਕਰਦੇ ਹਾਂ ਕਿ ਇਸ ਟਾਈਮ ਦੇ ਵਿੱਚ ਜਾਂ ਇਸ ਲੋਕੇਸ਼ਨ 'ਤੇ ਕਿਹੜੇ ਕਿਹੜੇ ਲੋਕ ਐਕਟਿਵ ਨੇ ਜਾਂ ਕਿਸ ਤਰ੍ਹਾਂ ਦਾ ਵੀ, ਮਤਲਬ ਸਾਰਾ ਕੁਛ ਟੈਕਨੀਕਲ ਅੱਜ ਕੱਲ੍ਹ ਜੀ ਲੇਟੈਸਟ, ਔਰ ਸਾਡੀਆਂ ਟੀਮਾਂ ਲੱਗੀਆਂ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ ਜਿਹੜਾ ਹੈ ਡਰੋਨ ਫੜੇ ਵੀ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਤੇ ਬਿਲਕੁਲ, ਤੇ ਜਿਵੇਂ ਦੱਸਿਆ ਕਿ ਹਰ ਇੱਕ ਅਧਿਕਾਰੀ ਜਿਹੜਾ ਹੈ ਆਪਣੀ ਡਿਊਟੀ ਕਰ ਰਿਹਾ, ਜ਼ਰੂਰੀ ਵੀ ਹੈ ਤਾਂ ਕਿ ਆਮ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਅਤੇ ਅੱਗੇ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ, ਫਿਲਹਾਲ ਇੱਥੇ ਸਾਨੂੰ SP ਜਿਹੜੇ ਇੱਥੇ ਦੇ ਮਿਲ ਗਏ ਸੀ। ਟੋਰਚ ਮਾਰ ਕੇ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਉਹ ਇੱਥੇ ਚੈਕਿੰਗ ਕਰਦੀ ਹੈ, ਮੁਲਾਜ਼ਮ ਜਿਹੜੇ ਹੈ ਟੋਰਚਾਂ ਲੈ ਕੇ ਦੇਖਦੇ ਹੈ ਕਿ ਆਖਿਰ ਉਹ ਮੂਵਮੈਂਟ ਕਿੱਥੇ ਹੋਈ ਹੈ, ਕਿ ਕੋਈ ਚੀਜ਼ ਡਿੱਗੀ ਤਾਂ ਨਹੀਂ ਹੈ ਖੇਤਾਂ ਦੇ ਵਿੱਚ। ਇੱਦਾਂ ਹੋਇਆ ਹੈ ਕਿ ਤੁਸੀਂ ਡਰੋਨ ਜਿਹੜਾ ਰਿਕਵਰ ਕੀਤਾ ਹੋਵੇ ਅਤੇ ਸਾਹਮਣੋਂ ਫਾਇਰਿੰਗ ਹੋ ਗਈ ਹੋਵੇ? ਜਿੰਨੀ ਤੱਕ ਮੇਰੀ ਇੱਥੇ ਟਰਨ ਹੋ ਰਹੀ ਹੈ ਤਾਂ ਇੱਦਾਂ ਦਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ। ਫੀਮੇਲਸ ਦੀ ਗੱਲ ਕਰੀਏ, ਅਗਰ ਮਹਿਲਾਵਾਂ ਦੀ ਗੱਲ ਕਰੀਏ, ਕਿ ਉਹ ਵੀ ਤਸਕਰੀ ਦੇ ਵਿੱਚ ਸ਼ਾਮਿਲ ਪਾਈ ਜਾਂਦੀ ਹੈ? ਇੰਨਾ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਹੈਗੀਆਂ, ਲੇਡੀਜ਼ ਨੂੰ ਨਾਲ ਲੈ ਕੇ ਚੱਲਦੇ ਨੇ ਕਿ ਸ਼ੱਕ ਨਾ ਹੋਵੇ, ਗੱਡੀ ਦੇ ਵਿੱਚ ਬਿਠਾ ਲਿਆ ਉਹਨੂੰ ਵੀ ਸਾਨੂੰ ਜਾਂਦਾ, ਚਲੋ ਫੈਮਿਲੀ ਜਾ ਰਹੀ ਵੀ ਆਪਾਂ ਜਾ ਲੈ ਦਈਏ। ਹਾਂਜੀ ਮੈਮ, ਇਹ ਜਿਹੜੇ ਤਸਕਰ ਨੇ ਇਹ ਹਮੇਸ਼ਾ ਹੀ ਜਿਹੜੀ ਆਪਣੀ ਮੋਡਸ ਆਫ ਆਪਰੈਂਡੀ ਹਮੇਸ਼ਾ ਚੇਂਜ ਕਰਦੇ ਰਹਿੰਦੇ ਆ। ਕ੍ਰਿਮੀਨਲ ਨੇ ਆਪਣਾ ਮਾਈਂਡ ਲਗਾਉਣਾ, ਪੁਲਿਸ ਨੇ ਉਹਨਾਂ ਨੂੰ ਪਕੜਨ ਲਈ ਆਪਣਾ ਮਾਈਂਡ ਲਗਾਉਣਾ। ਤੇ ਇਹ ਤਸਵੀਰਾਂ ਤੁਹਾਨੂੰ ਆਖਰੀ ਪਿੰਡ ਦੀ ਦਿਖਾ ਰਹੇ ਹਾਂ, ਕਿਉਂਕਿ ਡਰੋਨ ਦੀ ਮੂਵਮੈਂਟ ਦੱਸੀ ਗਈ ਸੀ ਅਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ। ਹੁਣ ਚੈਕਿੰਗ ਕਿਸ ਤਰੀਕੇ ਦੇ ਨਾਲ ਹੁੰਦੀ? ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖੇਤ ਨੇ ਅਤੇ ਖੇਤਾਂ ਦੇ ਵਿੱਚ ਟੋਰਚ ਮਾਰ ਕੇ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਉਹ ਇੱਥੇ ਚੈਕਿੰਗ ਕਰਦੀ ਹੈ, ਮੁਲਾਜ਼ਮ ਜਿਹੜੇ ਹੈ ਟੋਰਚਾਂ ਲੈ ਕੇ ਦੇਖਦੇ ਹੈ ਕਿ ਆਖਿਰ ਉਹ ਮੂਵਮੈਂਟ ਕਿੱਥੇ ਹੋਈ ਹੈ, ਕਿ ਕੋਈ ਚੀਜ਼ ਡਿੱਗੀ ਤਾਂ ਨਹੀਂ ਹੈ ਖੇਤਾਂ ਦੇ ਵਿੱਚ। ਕਿਉਂਕਿ ਜਿਹੜੀ ਡਰੋਨ ਹੈ ਜਦ ਡਿੱਗਦਾ ਜਾਂ ਤਾਂ ਉਹਦੇ ਵਿੱਚ ਬੈਟਰੀ ਨਹੀਂ ਹੁੰਦੀ ਜਾਂ ਫਿਰ ਉਹ ਕਿਸੇ ਟੈਕਨੀਕਲ ਇਸ਼ੂ ਕਰਕੇ ਡਿੱਗ ਜਾਂਦਾ ਜਾਂ ਜਿੱਥੇ ਉੱਥੇ ਜਾਣਾ ਹੁੰਦਾ ਉੱਥੇ ਜਾ ਪਹੁੰਚ ਜਾਂਦਾ ਹੈ, ਲੇਕਿਨ ਜਿਹੜਾ ਸ਼ਖਸ ਉਸ ਤੋਂ ਜਿਹੜਾ ਜਿਹਨੇ ਨੇ ਸਮਾਨ ਲੈਣਾ ਹੁੰਦਾ ਉੱਥੇ ਨਹੀਂ ਪਹੁੰਚਦਾ, ਅਤੇ ਇਸ ਕਰਕੇ ਇਹ ਪੁਲਿਸ ਦੇ ਹੱਥੇ ਚੜ ਜਾਂਦੇ ਹੈ ਜਿਹੜੇ ਡਰੋਨ ਹੈ ਉਹ ਰਿਕਵਰੀ ਜਿਹੜੀ ਉਸ ਤੋਂ ਹੁੰਦੀ ਹੈ। ਅਤੇ ਲਗਾਤਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ
टॉर्चा लेके जिहड़ी है मुलाजम इत्थे देखदे ने क्योंकि इस वेले कनक जिहड़ी है वह बाई हुई है तो पानी दिता हुआ है तो एक कितना ज़्यादा मुश्किल हो जाता है बिच जावांगे तो जिहड़ा पैर उन्हां दा धस सकदा है तो इस चीज़ नूं भी देखना जरूरी है पर फिर भी ड्यूटी है ड्यूटी तो करनी पैंदी है तो ये बॉर्डर एरिया दे विच काफ़ी ज़्यादा जी मुश्किल भी आने क्योंकि टैंपरेचर की गल करिए तापमान की गल करिए तो 14 डिग्री सैलसीयस टैंपरेचर है ठंड का मौसम है धुंद भी होंगी हालांकि अज धुंद नहीं है लेकिन अक्सर जो है इतने धुंद भी नज़र आती है लेकिन मुलाजिम जो अपना काम कर रहे हैं उस तो इलावा तुम्हें इतने दिखाते हैं कि BSF जी फर्स्ट लाइन ऑफ डिफेंस है क्योंकि इस तो बाद पंजाब पुलिस की जी कहिए कि वो सैकेंड लाइन ऑफ डिफेंस रहा है तो ये इतने BSF के जोड़े ऑफिसर्स ने या BSF के जोड़े इतने जो डिफेंस फोर्सिज हैं वो इतने खड़े होंगे नज़र आएंगे तो इतों तक ही जोड़ा है ज्यूरिडिक्शन कहिए पंजाब पुलिस की वो इतों तक ही रही क्योंकि सैकेंड लाइन ऑफ डिफेंस रहा है सर फर्स्ट लाइन ऑफ डिफेंस हूँ इतों इस तो शुरू हो जाती है बस यही जी लास्ट हैगी है सैकेंड लाइन ऑफ डिफेंस हैगी है इस तो अगर सर BSF तो उस तो नाल ही कोई 50 मीटर से अगर अगर पाकिस्तान बॉर्डर शुरू हो जाए ਇੱਥੇ ਜਦ ਤੁਸੀਂ ਆਉਂਦੇ ਹੋ ਤੇ ਇਸ ਤੋਂ ਅੱਗੇ ਜਾਣ ਦੇ ਲਈ ਪਰਮਿਸ਼ਨ ਚਾਹੀਦੀ ਹੁੰਦੀ ਹੈ ਨਹੀਂ ਹੁਣ ਸਾਨੂੰ ਤਾਂ ਕੋਈ ਪਰਮਿਸ਼ਨ ਨਹੀਂ ਐਜ਼ ਅ ਬੀਇੰਗ ਏ ਪੁਲਿਸ ਆਫਿਸਰ ਸਾਨੂੰ ਤੇ ਨਾਲ BSF ਨੂੰ ਕੋਈ ਪਰਮਿਸ਼ਨ ਨਹੀਂ ਹੈਗੀ ਤੇ ਇਹ ਜਿਹੜੇ ਆਮ ਬੰਦੇ ਹੋਣਗੇ ਉਹਨਾਂ ਨੂੰ ਫਿਰ ਪਰਮਿਸ਼ਨ ਚਾਹੀਦੀ ਹੋਏਗੀ ਜੀ ਸਰ ਇੱਥੇ ਜੋ ਚੈਕਿੰਗ ਕਰਨੀ ਹੁੰਦੀ ਹੈ ਕਿ ਡਰੋਨ ਦੀ ਜੇਕਰ ਕੋਈ ਇਨਫੋਰਮੇਸ਼ਨ ਆ ਗਈ ਕੋਈ ਮੂਵਮੈਂਟ ਹੋਈ ਹੈ ਕੀ ਪਰੇਸ਼ਾਨੀਆਂ ਇੱਥੇ ਸਭ ਤੋਂ ਜ਼ਿਆਦਾ ਹੁੰਦੀਆਂ ਮੇਨ ਤਾਂ ਜਿਵੇਂ ਇੱਥੇ ਹੁਣ ਪਾਣੀ ਲੱਗਿਆ ਹੈਗਾ ਵੀ ਹੁਣ ਰਾਤ ਨੂੰ ਅਸੀਂ ਨਹੀਂ ਚੈੱਕ ਕਰ ਸਕਦੇ ਹੁਣ ਇਹ ਵੀ ਸਾਰੀ ਰਾਤ ਸਾਡੇ ਜਿਹੜੇ ਨਾਕੇ ਲੱਗ ਜਾਣਗੇ ਇੱਥੇ अर्ली मॉर्निंग जिस वे फर्स्ट लाइट आएगी तो उस तो फिर अजाड़ी चैकिंग शुरू हुई नहीं है तो मेन तो भी पब्लिक सानू देते इतने है जो लोग देते साथ देते हैं पर असं फिर अपने हिसाब से BSF के हिसाब असं अपना देखते हैं भी कि किधरों की कोई आया सगा असं उस हिसाब में फिर अपने नाके अपने सर्च करनी है सर जोड़े किन्ना किलोमीटर दूर है इतों बॉर्डर हूँ ये तो हम हार्डली हाफ एंड किलोमीटर होगा सारा जी हाँ जी ਜਿਹੜੀ ਫੋਰਸਿਸ ਦਾ ਕੰਮ ਜਿਹੜੇ ਇੱਥੇ ਮੈਂ ਦੇਖ ਰਹੀ SHO ਵੀ ਤੁਹਾਡੇ ਨਾਲ ਖੜੇ ਨੇ ਤੁਸੀਂ ਦੱਸ ਰਹੇ ਸੀ ਕਿ ਹਰਬੰਸ ਜੀ ਜਿਹੜੇ ਆ ਇੱਥੇ ਸਦਰ ਥਾਣੇ ਦੇ ਨੇ ਅਤੇ ਉਹਨਾਂ ਦਾ ਇਹ ਆਪਸ 'ਚ ਇਹਨਾਂ ਦਾ ਕੋਆਰਡੀਨੇਸ਼ਨ ਕਿਸ ਤਰੀਕੇ ਦੇ ਨਾਲ ਰਹਿੰਦਾ ਸਾਡੇ ਕੋਲ ਟੈਲੀਫੋਨ ਨੰਬਰ ਸਾਰੇ ਹੈਗੇ ਵਾਇਰਲੈਸ ਸਾਡੀ ਨਾਲ ਚਲਦੀ ਕੰਟਰੋਲ ਰੂਮ ਸਾਡੇ ਹੈਗੇ ਕੰਟਰੋਲ ਛੋਟੀ ਮੂਵਮੈਂਟ ਵੀ ਹੁੰਦੀ ਹੈਗੀ ਅਤੇ ਉਹ ਨਾਲ ਦੀ ਨਾਲ ਸਾਡੇ ਕੰਟਰੋਲ ਰੂਮ ਨੂੰ ਸਾਡੇ ਕੰਸਰਨ SHO ਨੂੰ ਸੈਂਡ DSP ਨੂੰ ਦੱਸ ਦੇਣਗੇ ਜੀ ਉਸੇ ਵੇਲੇ ਸਾਡੀ ਜਿਹੜੀ ਟਰੈਵਲਿੰਗ ਸ਼ੁਰੂ ਹੋ ਜਾਂਦੀ ਨਾਲ ਵੀ ਅਸੀਂ ਉੱਥੇ ਜਾਣਾ ਹੈਗਾ ਹਾਂਜੀ ਕਈ ਜਗ੍ਹਾ ਸਰ ਮੈਂ ਦੇਖ ਰਹੀ ਸੀਗੀ ਕਿ ਬੌਮ ਜਿਹੜੀ ਹੈ ਸਕੁਆਡ ਟੀਮਸ ਵੀ ਹੈਗੀਆਂ ਉਹ ਕਿਸ ਪਾਸੇ ਤੁਸੀਂ ਰੱਖਦੇ ਉਹਨਾਂ ਨੂੰ ਹੁਣ ਜਿਹੜੇ ਅੱਧਾ ਕਿਲੋਮੀਟਰ ਪਿੱਛੇ ਸਾਡੀ ਬੌਮ ਸਕੁਆਡ ਵਗੈਰਾ ਵੀ ਸਾਰੀ ਹੈਗੀ ਹੈ ਪਰ ਉਹ ਵੀ ਇਸ ਵੇਲੇ ਤਾਂ ਕਿਸ ਚੀਜ਼ ਦੀ ਲੋੜ ਨਹੀਂ ਹੈਗੀ ਸਿਰਫ ਉਹਨਾਂ ਨੂੰ ਅਸੀਂ ਨਾਕੇ ਲਵਾਵਾਂਗੇ ਅਰਲੀ ਮਾਰਨਿੰਗ ਜਿਹੜੇ ਉਹਨਾਂ ਨੂੰ ਸਾਰੇ ਫਿਰ ਸਰਚ 'ਤੇ ਲੱਗ ਜਾਣਗੇ ਜੀ ਫਿਰ ਇੱਦਾਂ ਹੋਇਆ ਹੈ ਕਿ ਤੁਸੀਂ ਡਰੋਨ ਜਿਹੜਾ ਰਿਕਵਰ ਕੀਤਾ ਹੋਵੇ ਅਤੇ ਸ਼ਾਮ ਨੂੰ ਫਾਇਰਿੰਗ ਹੋ ਗਈ ਹੋਵੇ ਜਿੰਨੀ ਤੱਕ ਮੇਰੀ ਇੱਥੇ ਟਰਨ ਹੋ ਰਹੀ ਹੈ ਤਾਂ ਇੱਦਾਂ ਦਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਏਗੀ ਪਰ ਇਹ ਵੀ ਇੰਨਾ ਪਤਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਡਰੋਨ ਇੱਥੇ ਆਏਗੀ ਜਿਵੇਂ ਅੱਜ 25 ਰਾਊਂਡਸ ਫਾਇਰ ਹੋਏਗੇ ਇਸ ਤਰ੍ਹਾਂ 50 ਰਾਊਂਡਸ ਪਿਛਲੀ ਵਾਰੀ ਫਾਇਰ ਹੋਏ ਸੀਗੇ ਪਰ ਅਨਫੋਰਚੁਨੇਟਲੀ ਉਹ ਥੱਲੇ ਗਿਰਿਆ ਨਹੀਂ ਸੀਗਾ ਜੀ ਇਸ ਤੋਂ ਇਲਾਵਾ ਸਰ ਨਸ਼ਿਆਂ ਨੂੰ ਲੈ ਕੇ ਜਿਹੜੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੀ ਜਿਹੜੀ ਹੈ ਕੋਆਰਡੀਨੇਸ਼ ਜਿਹੜਾ ਨਿਰਦੇਸ਼ਾਂ 'ਤੇ ਤੁਸੀਂ ਮੁਹਿੰਮ ਚਲਾ ਰਹੇ ਹੋ ਨਾ ਅਤੇ ਸਰ ਗੈਂਗਸਟਰਸ ਦੀ ਗੱਲ ਕਰੀਏ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਜਿਹੜੀ ਵਰਕ ਕਰਦੀ ਹੈ ਇੱਥੇ ਕੀ ਕੁਛ ਹਾਲਾਤ ਨੇ ਕ੍ਰਾਈਮ ਰੇਟ ਦੀ ਗੱਲ ਕਰੀਏ ਫਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਕੀ ਹੈ ਇਹ ਤਾਂ ਮਗੇ ਗੈਂਗਸਟਰਸ਼ਿਪ ਤਾਂ ਹੈ ਨਹੀਂ ਇੱਥੇ ਕੋਈ ਵੀ ਕੋਈ ਇੰਨਾ ਗੈਂਗਸਟਰ ਘੱਟ ਇੱਥੇ ਪੈਦਾ ਹੀ ਨਹੀਂ ਹੋਇਆ ਹੈਗਾ ਉਸ ਤੋਂ ਬਾਅਦ ਵੀ NDPA ਸਾਈਡ ਜ਼ਰੂਰ ਹੈਗਾ ਚਿੱਟੇ ਦੀ ਹੈਗੀ ਪ੍ਰੋਬਲਮ ਅਤੇ ਜਿਵੇਂ ਹੁਣ ਸ਼ਰਾਬ ਦੀ ਸਮਗਲਿੰਗ ਵਾਲੇ ਅਤੇ ਦੋ ਸਾਡੇ ਪਿੰਡ ਪੈਂਦੇ ਸੀਗੇ ਮਹਾਲਮ ਪੈਂਦਾ ਹੈਗਾ ਅਤੇ ਨਾਲ ਟਵਾਣਾ ਪੈਂਦਾ ਉਹਦੇ ਵਿੱਚ ਇੰਨੀ ਅਸੀਂ ਰੇਟ ਵਗੈਰਾ ਕਰਕੇ ਅੱਜ ਵੀ ਉੱਥੇ ਰੇਟ ਕਰਕੇ ਆਏ ਹੈਗੇ ਤਕਰੀਬਨ ਅਸੀਂ ਜਿੰਨੇ ਵੀ ਬੰਦੇ ਉੱਥੇ ਜਿਹੜੇ ਸੀਗੇ ਜਿਹੜੇ ਹੈਪਚੂ ਰੇਡ ਕਰਨ ਵਾਸਤੇ ਉਹ ਹੁਣ ਜੇਲ੍ਹ ਦੇ ਵਿੱਚ ਹੈਗੇ ਅਤੇ ਬਾਕੀ ਜਿਹੜੇ ਉਹ ਜਿਸ ਵੇਲੇ ਆਉਂਦੇ ਹੈ ਫਿਰ ਅਸੀਂ ਉਹਨਾਂ ਦੇ ਫਿਰ ਆਈ ਰੱਖ ਲੈਂਦੇ ਹੈਗੇ ਅੱਜ ਵੀ ਜਿਵੇਂ ਸਾਡੇ ਕੋਲ 4500 ਲੀਟਰ ਜਿਹੜੀ ਸੀਗੀ ਉਹ ਲਾਣ ਸਾਨੂੰ ਉੱਥੇ ਮਸੂਲ ਹੋਈ ਹੈ 3 ਅਸੀਂ ਬੰਦੇ ਫੜੇ ਗਏ 3 ਅਸੀਂ ਪਰਚੇ ਦੇਣ ਲੱਗੇ ਨਾਲ ਉਹਨਾਂ ਦੇ ਪਰ ਇਹ ਕੰਟੀਨਿਊਸਲੀ ਸਾਡੇ ਕੋਈ ਇਹ ਨਹੀਂ ਵੀ ਅਸੀਂ ਵੀ ਇਹ ਹੋ ਰਿਹਾ ਤਾਂ ਅਸੀਂ ਕਰ ਰਹੇ ਕੰਟੀਨਿਊਸਲੀ ਇਹ ਸਾਡੀ ਰੇਟ 3 ਜਾਂ 4 ਦਿਨਾਂ ਬਾਅਦ ਹੁੰਦੀ ਸੀਗੀ ਕਾਫੀ ਹੁਣ ਇੱਥੇ ਠੱਲ ਪੈ ਗਈ ਪੁਲਿਸ ਤਾਂ ਹੁਣ ਤੁਹਾਨੂੰ ਕੀ ਦੱਸ ਸਕਦੀ ਕਿ ਆਮ ਪਬਲਿਕ ਨੂੰ ਤੁਸੀਂ ਪੁੱਛੋਗੇ ਵੀ ਇੱਥੇ ਕਿੰਨਾ ਠੱਲ ਪੈ ਗਿਆ ਹੈਗਾ ਵੀ ਅਸੀਂ ਇਹ ਕਹਿ ਸਕਦੇ 85% ਜਿਹੜੇ ਹੈਗੇ ਅਸੀਂ ਸਾਰਾ ਖਤਮ ਕਰ ਦਿੱਤਾ ਜੀ ਸਰ ਕਾਰਨ ਕੀ ਹੈ ਕਿ ਇੱਥੇ ਜ਼ਿਆਦਾਤਰ ਲੋਕ ਡਰੱਗਸ ਦੇ ਵਿੱਚ ਨੇ ਜਾਂ NDPS ਦੇ ਜ਼ਿਆਦਾ ਕੇਸਿਸ ਆਉਂਦੇ ਨੇ ਤੁਹਾਨੂੰ ਕਿੰਨਾ ਕੀ ਸਮਝ ਆਇਆ ਇੱਥੇ ਦਾ ਇਲਾਕਾ ਮੇਨ ਇਹ ਵੀ ਜਿਹੜਾ ਅਨਐਜੂਕੇਟਿਡ ਹੁੰਦੀ ਕਿ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਕੋਈ ਕੰਮ ਵਗੈਰਾ ਨਹੀਂ ਹੈਗਾ ਉਹ ਫਿਰ ਇਸ ਕੰਮ 'ਚ ਪੈ ਜਾਂਦੇ ਹੈਗੇ ਇਹਨਾਂ ਨੂੰ ਚੰਗਾ ਲੱਗਦਾ ਵੀ ਅਸੀਂ ਕਰ ਲਿਆ ਅਤੇ ਨਾਲ ਚੋਰੀ ਕਰ ਲਈ ਉਹੀ ਚੀਜ਼ ਜਿਹੜੀ 4-5 ਲੱਖ ਰੁਪਏ ਦੇ ਗਈ ਉਹਨੂੰ 2000 'ਚ ਵੇਚਦਾ 5000 'ਚ ਵੇਚਦਾ ਹੈਗਾ ਮੋਟਰਸਾਈਕਲ ਕਿੰਨੇ ਚੋਰੀ ਇੱਥੇ ਹੁੰਦੇ ਸੀ ਜਦ ਦੇ ਫਿਰ ਅਸੀਂ ਚਾਰ ਸੰਭਾਲ ਲਏ ਇੱਥੇ SHO ਸਾਹਿਬ ਨੇ ਇੱਥੇ ਨਾਲ ਸਿਟੀ ਦੇ ਖੜੇ ਹੈਗੇ ਸਦਰ ਦੇ ਖੜੇ ਹੈਗੇ ਇੰਨੀ ਜ਼ਿਆਦਾ ਅਸੀਂ ਸਿਕਿਉਰਟੀ ਟਾਈਟ ਇੱਥੇ ਕਰ ਦਿੱਤੀ ਹੈਗੀ ਵੀ ਹੁਣ ਚੋਰੀ ਦੀ ਸਾਡੀ ਜਿਹੜੀ ਸਾਰੀ ਵਾਰਦਾਤਾਂ ਹੈਗੀਆਂ ਉਹ ਸਿਰਫ ਹੁਣ ਤਕਰੀਬਨ ਬੰਦ ਹੀ ਹੋ ਗਈਆਂ
लेकिन जिस तरीके दे नाल असी कई वीडियोस भी देखते हैं कि कई बार पिंड वाले भी सहयोग नहीं करते, पुलिस वाले दे नाल गलत बिहेव करते हैं या बन लेंदे हैं, इस तरह का माहौल इतने भी है। इतने कई बार इदा का होया है, पर उस तो बाद हम जिस हिसाब उन्होंने दसी दे भी थोड़े बेनीफिट वास्ते की है कि प्रोज एंड कॉन्स दसी दे, तो अपने फिर सू सा तो इतने तो जब हम मैं लगे है इस हम सारे नवे लगे ने, तो पूरी पब्लिक साथ दे रही है इन्हों करके ही जोड़े है असी सारा इतों टाइप कर दिता। सर जोड़ा एक मोटो कही है पंजाब पुलिस का, तो लग रहा है पूरा हो रहा है? बिल्कुल पूरा हो रहा है, मैं तो नहीं कहूँगा कि असं दिन रात इतने काम कर रहे, सूँ लग रहा भी इसे कर रहे हैं, पर यह चीज़ पब्लिक दस सकती है जलालाबाद की भी, हाँ भी हो रहा है कि नहीं हो रहा, या फाजिलका की पुलिस दस सकती है पब्लिक दस सकती है। मैं तो ओवरऑल पूछ रही हूँ, तुम्हें लगता है क्योंकि लोग सवाल बहुत चुकते हैं पुलिस से हर एक चीज़ में लैके, पुलिस प्रशासन ने नहीं किया वो नहीं किया, बट एक्चुअल दे विच बीइंग अ पुलिस ऑफिसर तुहानू की लगता है कि किन्ने की ज़्यादा मुश्किल होंदा है या चुनौती भरा रहिंदा तुहाडा काम भी? तुम देखिए मैं साढ़े रात को असं पता नहीं किन्ने बजे जाना है, अर्ली मॉर्निंग फिर पब्लिक ने कहना भी सानू असं ऑफिस चाहिए है, पब्लिक का काम है जो एस एच ओ ने भी करने है वो थले किसी को कहने या सिर्फ डी एस पी को कहने या सिर्फ एस एस पी साहब को कहने के भी साढ़ा दिन रात काम करता, असं 24/7 असं इन्हों वास्ते मेहनत करते हैं, जो सा फैमिलियाँ देख लो भी कितने होगी, अभी यही चाहते भी सब जो जिते अभी लगे जितने साड़ी पोस्टिंग है सारी सारी जी फैमिली है सारा जो कल्चर है सारा बिल्कुल ठीक ठाक रहे, तो साढ़े वालों 100% यही होंगे भी अभी वधिया तो वधिया करके देिए, तो वह रिजल्ट भी मिल रहा है, पब्लिक हम इतने सारी सारी सपोर्ट कर रही है, सूँ अच्छा भी लगता, देखो रात में सारे बैठे गए किसी भी मुलाजम के तुम दिल से शिकन नहीं देखोगे भी नहीं यार रात हो गई जी जाना वापस, अगला कहना नहीं कोई ना कोई चीज़ इतने सूँ मिले असं रिकवरी करिए तो अभी चंगा चंगा कुछ करके दिखाइए जी। एसएचओ इतने खड़े मैं उन्होंने भी गलबात कर लेनी हूँ, मैं पूछ लेनी कितना कि ज़्यादा उन्होंने मोटिवेशन फील होती है। सर किस तरीके दे नाल तुहानू मोटिवेशन फील होती है जब अधिकारी जिहड़े सीनियर्स कहते हैं, वैसे कहा जाता है कि सीनियर्स अपना काम जिहड़ा जिहड़े लोअर ऑफिसर्स है उन्होंने दे देंगे, लेकिन इतने तुहाडे नाल खड़े होंगे ने कितना कि ज़्यादा तुहानू प्राउड भी महसूस होंदा है ते मोटिवेट कितना होंदे हो? जी बिल्कुल, जिदा मानजोग डी एस पी साहब दस रहे थे पहले, एस पी डी साहब ने उन्होंने भी दसिया जदों खुद होंगे इतने साढ़े नाल तो यकीनन जिहड़ा साढ़े जिहड़ा उत्साह है ड्यूटी का साढ़े होर जवानों सबोर्डीनेट दे विच एक जोश हुंदा है, उत्साह हुंदी एक सपोर्ट हुंदी है भी जे जेकर सानू कोई किसी भी तरह की कोई जिहड़ी मुश्किल पेश आएगी तो साढ़े जिहड़े सीनियर अफसर साढ़े नाल ने तो वो नालों नाल ही जिहड़ियां साडियां प्रॉब्लम्स नूं हल करनगे, प्लस टाइम टू टाइम जिहड़ी सीनियर्स की गाइडेंस हुंदी है सर वो जल्दी ही जिहड़ा साडे काम नूं होर भी ਉਹ ਹੋਰ ਵੀ ਤੇਜ਼ੀ ਦੇ ਨਾਲ ਅਸੀਂ ਕੰਮ ਨੂੰ ਜਲਦੀ ਖਤਮ ਕਰ ਲੈਂਦੇ ਹਾਂ। ਥਾਣੇ ਦੇ ਵਿੱਚ ਜਿਹੜਾ ਸਟਾਫ ਰਹਿੰਦਾ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਡਿਊਟੀ ਦੇ ਲਈ ਮੋਟੀਵੇਟ ਰੱਖਦੇ ਹੋ ਤੁਸੀਂ? ਜੀ ਸਰਹੱਦੀ ਏਰੀਆ ਹੋਣ ਕਰਕੇ ਜਿੱਥੇ ਸਾਨੂੰ ਦਿਨ ਦੇ ਵੇਲੇ ਸ਼ਹਿਰਾਂ ਦੇ ਵਿੱਚ ਚੋਰੀਆਂ ਵਗੈਰਾ ਦੀਆਂ ਵਾਰਦਾਤਾਂ ਨੂੰ ਟੈਕਲ ਕਰਨਾ ਪੈਂਦਾ, ਉੱਥੇ ਰਾਤ ਨੂੰ ਜਿੱਦਾਂ ਕੋਈ ਡਰੋਨ ਦੀ ਐਕਟੀਵਿਟੀ ਹੁੰਦੀ ਹੈ ਜਾਂ ਕੋਈ ਨਸ਼ਾ ਤਸਕਰਾਂ ਵੱਲੋਂ ਜਾਂ ਕਿਸੇ ਤਰ੍ਹਾਂ ਵੀ ਜਿਹੜੀ ਸਰਹੱਦੋਂ ਪਾਰ ਕਦੇ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਮੂਵਮੈਂਟ ਹੁੰਦੀ ਹੈ तो सानू जेड़ा इमीजिएटली ही कंट्रोल रूम तो मैसेज मिलता है, तो सानू जेड़ा इत्थे रिस्पोंस देना पैंदा है, तो जदों दिन और रात दोनों ड्यूटी करनी तो सिर्फ मोटीवेशन दे नाल ही जवानों नू ना कि एक पनिशमेंट दे तौर ते, सिर्फ उन्हां नू एक फन और एक जिहड़ी जज्बा है जज्बे दे नाल ही ड्यूटी करवाई जांदी है, तो साडे जवान जिहड़े हमेशा ही तैयार रहिंदे आ ते साडे नाल हमेशा कंधे नाल कंधा लगा के वो ड्यूटी करदे हन। इत्थे हरबंस जी ने, हरबंस जी तुहाडी जिहड़ी ड्यूटी है तुहाडा जिहड़ा थाना है वह इत्थे बिल्कुल सरहद ते है, तो असी देखते भी हैं सुनते भी हैं धमकियां भी बहुत मिलती हैं, तुहानू भी मिली होनी है? नहीं धमकियां वाला तो कोई इहो जिहा एरिया नहीं हैगा, साडा जिहड़ा थाने दा एरिया हैगा करीब 25 किलोमीटर जिहड़ा हैगा बॉर्डर दे नाल लगता है, तो वह जिस तरह भी है भी असीं गस्तां गुस्तां वध वुध ला के, तो इहनूं अजकल जिवें धुंद दा टाइम है उहनूं गस्तां ते नाकियां ने जिहड़ा कवर करदे आ कोई माड़ी हरकत ना करी। ਕਿੰਨਾ ਕਿ ਸਟਾਫ ਰਹਿੰਦਾ ਹੈ ਜਿਹੜਾ ਇਹ ਇੱਥੇ ਥਾਣਾ ਹੈ ਤੁਹਾਡਾ? ਸਟਾਫ ਕਰੀਬ 15-20 ਬੰਦੇ ਅਸੀਂ ਰਾਤ ਨੂੰ ਜਿਹੜੇ ਆ ਸਾਡੇ ਪੈਟਰੋਲਿੰਗ 'ਤੇ ਨਿਕਲਦੇ ਆ, ਦੋ ਗੱਡੀਆਂ ਸਾਡੇ ਕੋਲ, ਉਹ ਆਏ ਬਗੈਰ ਸਾਰੇ ਜਿਹੜੇ ਮਾੜੇ ਰਸਤੇ ਆ ਉਹਨਾਂ 'ਤੇ ਸਾਡਾ ਚੱਕਰ ਲੱਗਦਾ ਰਹਿੰਦਾ। ਜ਼ਿਆਦਾਤਰ ਕਿਹੜੇ ਮਾਮਲੇ ਸਾਹਮਣੇ ਨਸ਼ੇ ਦੀ ਤਾਂ ਸਰ ਨੇ ਦੱਸਿਆ ਅਤੇ ਡਰੋਨ ਦੀ ਵੀ, ਵੈਸੇ ਆਪਸੀ ਇੱਥੇ ਦੇਖੀਏ ਕਿ ਲੋਕਾਂ ਦੇ ਕਿਹੜੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੇ ਆ? ਨਹੀਂ ਮਾਸੇ ਬਾਰਡਰ ਏਰੀਆ ਵਿੱਚ ਤਾਂ ਇਹੀ ਆ ਨਸ਼ੇ ਦਾ ਹੀ ਹੈਗਾ, ਬਾਕੀ ਕੋਈ ਲੜਾਈ ਝਗੜੇ ਤੱਕ ਤਕਰੀਬਨ ਮਾੜੇ ਮੋਟੇ ਜਿਹੜੇ ਉਹ ਪਿੰਡਾਂ ਵਿੱਚ ਹੁੰਦੇ ਰਹਿੰਦੇ ਆ, ਕੋਈ ਕੁਝ ਜ਼ਿਆਦਾ ਕੰਮ ਨਹੀਂ ਹੈਗਾ, ਕੋਈ ਜ਼ਿਆਦਾ ਇੰਨਾ ਤਕਰੀਬਨ ਲੋਕ ਨਹੀਂ ਇੱਧਰ ਰਹਿੰਦੇ, ਖਾਸ ਕਰ ਕਿਉਂਕਿ ਕਈ ਲੋਕਾਂ ਦੇ ਜਿਹੜੇ ਖੇਤ ਹੈ ਉਹ ਬਿਲਕੁਲ ਬਾਰਡਰ ਪਾਰ ਹੈ ਨਾ, ਉਹਨਾਂ ਦੀ ਚੈਕਿੰਗ ਕਿਸ ਤਰੀਕੇ ਦੇ ਨਾਲ ਕਰਦੇ ਆ?
ਉਹਨਾਂ ਦੀ ਜੀ ਵੈਸੇ ਸਾਡੇ ਕੋਲ ਵੀ ਲਿਸਟਾਂ ਹੈਗੀਆਂ ਸਾਰੀਆਂ, ਜਿਹੜੇ ਅਸੀਂ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਹਾਂ। ਵੈਸੇ ਜੋ BSF ਵਾਲੇ ਆ ਉਹ ਜਦੋਂ ਗੇਟ ਖੋਲਦੇ ਆ ਤਾਂ ਉਹ ਸਾਰਿਆਂ ਨੂੰ ਉਹਨਾਂ ਚੈੱਕ ਕਰਕੇ ਭੇਜਦੇ ਆ, ਅਤੇ ਸਾਡੇ ਕੋਲ ਇਹਨਾਂ ਬਕਾਇਦਾ ਵੈਰੀਫਿਕੇਸ਼ਨ ਹੁੰਦੀ ਹੈ, ਸਾਡੇ ਕੋਲ ਸਾਰਾ ਇਹਨਾਂ ਦਾ ਨੰਬਰ ਵਗੈਰਾ ਨੋਟ ਹੁੰਦੇ। ਅੱਛਾ ਅਤੁਲ ਸਰ, ਇਸ ਤੋਂ ਮੈਨੂੰ ਇੱਕ ਸਵਾਲ ਯਾਦ ਆਇਆ ਕਿ ਅਸੀਂ ਦੇਖਿਆ ਸੀਗਾ ਕਿ ਕਿਸੇ ਨੇ ਦੱਸਿਆ ਕਿ ਜਦ ਜਿਹੜੀ ਜਿਸ ਤੋਂ ਮਿੱਟੀ ਕੱਢਦੇ ਹੈ ਉਸ 'ਚ ਜਿਹੜਾ ਥਾਂ ਰੱਖੀ ਸੀਗੀ ਅਤੇ ਉਸ ਤੋਂ ਡਰੱਗਸ ਆਏ ਸੀ ਇੱਕ ਵਾਰੀ, ਅਤੇ ਉਹਨਾਂ ਦੇ ਉਹ ਔਜ਼ਾਰ ਵੀ ਚੈੱਕ ਕੀਤੇ ਜਾਂਦੇ? ਹਾਂਜੀ, ਪਿਛਲੀ ਵਾਰੀ ਉਹਨਾਂ ਮਿਲਣਾ SHO ਸਿਟੀ ਇੱਥੇ ਸੀਗੇ ਜਿਸ ਵੇਲੇ ਇਹਨਾਂ ਨੇ ਰਿਕਵਰੀ ਕੀਤੀ ਸੀਗੀ, ਅਤੇ ਇਹਦੇ ਬਾਰੇ ਇਹੀ ਦੱਸ ਸਕਦੇ ਕਿ ਇੱਥੇ ਪੁਆਇੰਟ 'ਤੇ ਵੀ ਆਏ ਸੀਗੇ, ਉਹਨਾਂ ਨੇ ਇੱਕ ਟਿਊਬ ਸੀਗੀ, ਟਿਊਬ ਤੋਂ ਹੀ ਚੈੱਕ ਕੀਤੀ ਸੀਗੀ। ਅਤੇ ਕਾਇੰਡਲੀ ਤੁਸੀਂ ਇਹਨਾਂ ਨੂੰ ਪੁੱਛੋਗੇ ਕਿ ਇਹਨਾਂ ਨੇ ਮੌਕਾ, ਇਹਨਾਂ ਨੂੰ ਬਿਲਕੁਲ ਸਾਰਾ ਪਤਾ ਵੀ ਉਹ ਇਹ ਆਹ ਮੌਕੇ 'ਤੇ ਸੀਗੇ, ਇਹਨਾਂ ਨੇ ਮੌਕਾ ਆ ਕੇ SHP ਸਾਹਿਬ ਨੂੰ ਵੀ ਦਿਖਾਇਆ, ਆਪ ਵੀ ਇਹਨਾਂ ਨੇ ਕੀਤਾ, ਉਸ ਵਾਰ ਅਸੀਂ ਰਿਕਵਰੀ ਵੀ ਕੀਤੀ ਹੈਗੀ ਹੈ, ਪਰ ਹੀ ਕੈਨ ਟੈਲ ਯੂ ਮੋਰ। ਹਾਂਜੀ ਹਾਂਜੀ ਮੈਮ, ਇਹ ਜਿਹੜੇ ਤਸਕਰ ਨੇ ਇਹ ਹਮੇਸ਼ਾ ਹੀ ਜਿਹੜੀ ਆਪਣੀ ਮੋਡਸ ਆਫ ਆਪਰੈਂਡੀ ਹਮੇਸ਼ਾ ਚੇਂਜ ਕਰਦੇ ਰਹਿੰਦੇ ਆ। ਤਾਂ ਜਿਹੜੀ ਸਾਡੀ ਰਿਕਵਰੀ ਸੀ ਜਿਸ ਦੇ ਵਿੱਚ ਮੇਰੇ ਵੱਲੋਂ ਤਫਤੀਸ਼ ਕੀਤੀ ਗਈ, ਤਾਂ ਉਸ ਦੇ ਵਿੱਚ ਇੱਕ ਪਾਈਪ ਦੇ ਰਾਹੀਂ ਇਹ ਕੱਪੜੇ ਦੇ ਵਿੱਚ ਸੂਤਲੀ, ਉਹ ਸੂਤਲੀ ਕਹਿੰਦੇ ਆ, ਵਿੱਚ ਬੰਨ ਕੇ ਤੋਂ ਖਿੱਚ ਲੈਂਦੇ ਆ, ਜਸਟ ਵਿਦਇਨ ਸੈਕਿੰਡਸ ਦੇ ਰਾਹੀਂ ਉਹ ਜਿਹੜਾ ਕਰੋਸ ਕਰਾ ਲੈਂਦੇ ਆ, ਕੋਈ ਥਰੋ ਕਰ ਲੈਂਦੇ ਆ, ਕੋਈ ਜਿੱਦਾਂ ਤੁਸੀਂ ਆਲਰੇਡੀ ਆਪਾਂ ਇਹ ਡਿਸਕਸ ਕਰ ਰਹੇ ਸੀ ਜਿਹਨਾਂ ਦੇ ਖੇਤ ਨੇ, ਤਾਂ ਉਹਨਾਂ ਦੇ ਵਿੱਚੋਂ ਵੀ ਮਾੜੇ ਅਨਸਰ ਹੁੰਦੇ ਨੇ, ਸਾਰੇ ਨਹੀਂ ਹੁੰਦੇ, ਕੁਛ ਕੁ ਹੁੰਦੇ ਆ। ਤਾਂ ਉਹ ਜਿਹੜੇ ਅਲੱਗ ਅਲੱਗ ਜਿੱਦਾਂ ਟਰੈਕਟਰ ਦੇ ਅੱਗੇ ਬੈਂਟਰੀ ਵਾਲੀ ਜਗ੍ਹਾ ਹੁੰਦੀ ਉੱਥੇ ਫਿੱਟ ਕਰ ਲਿਆ ਟਾਇਰਾਂ ਦੇ ਨੀਚੇ, ਤੋਂ ਕ੍ਰਿਮੀਨਲ ਨੇ ਆਪਣਾ ਮਾਈਂਡ ਲਗਾਉਣਾ, ਪੁਲਿਸ ਨੇ ਉਹਨਾਂ ਨੂੰ ਪਕੜਨ ਲਈ ਆਪਣਾ ਮਾਈਂਡ ਲਗਾਉਣਾ। ਅਸੀਂ ਵੀ ਹਮੇਸ਼ਾ ਜਿਹੜਾ ਅਲੱਗ ਅਲੱਗ ਵਿਊ ਤੋਂ ਦੇਖਦੇ ਰਹਿੰਦੇ ਹਾਂ ਵੀ ਕਿਸ ਤਰ੍ਹਾਂ ਦੀ ਜਿਹੜੀ ਇਹ ਤਸਕਰੀ ਹੋ ਸਕਦੀ ਹੈ। ਜਿੱਦਾਂ SHO ਸਦਰ ਜਲਾਲਾਬਾਦ ਜੀ ਨੇ ਦੱਸਿਆ ਕਿ ਜਿਹੜੀ ਸਾਡੀ ਪੈਟਰੋਲਿੰਗ ਹੁੰਦੀ ਰਹਿੰਦੀ ਹੈ, ਕਿਉਂਕਿ ਨਾਈਟ ਨੂੰ ਆਮ ਵਿਅਕਤੀ ਜਿਹੜਾ ਨਹੀਂ ਚੱਲੇਗਾ ਇੱਥੇ, ਜੋ ਮਿਲੇਗਾ ਉਹ ਹਮੇਸ਼ਾ ਹੀ ਜਿਹੜਾ ਕਿ ਸ਼ੱਕੀ ਹੋਊਗਾ, ਤਾਂ ਉਸਦੀ ਜਿਹੜੀ ਡੰਗਾਈ ਦੇ ਨਾਲ ਜਿਹੜੀ ਸਰਚ ਹੁੰਦੀ ਹੈ, ਤਾਂ ਯਕੀਨਨ ਜਿਹੜੀਆਂ ਸਾਡੀਆਂ ਰਿਕਵਰੀ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ। ਆਉਂਦੇ ਜਾਂਦੇ ਟਰੈਕਟਰ ਸਭ ਕੁਝ ਚੈੱਕ ਕਰਦੇ ਹੋ? ਬਿਲਕੁਲ ਜੀ, ਜਿਹੜਾ ਤਾਰ ਤੋਂ ਪਾਰ ਜਦੋਂ ਵੀ ਹੁੰਦਾ ਪ੍ਰੋਪਰ, ਪਹਿਲਾਂ ਉਹਨਾਂ ਦੇ ਆਈਡੀ ਕਾਰਡ ਬਣਦੇ ਹਨ, ਆਈਡੀ ਕਾਰਡ ਬਣਨ ਤੋਂ ਬਾਅਦ ਜਿਹੜੇ ਉਹ ਜਾਣਗੇ, ਈਵਨ ਕਿ ਉਹਨਾਂ ਦੇ ਪਰਸ ਵਗੈਰਾ ਜਾਂ ਕਿਸੇ ਤਰ੍ਹਾਂ ਦਾ ਵੀ ਕੁਛ ਵੀ ਬਾਹਰ ਨਹੀਂ ਜਾਏਗਾ, ਸਿਰਫ ਅਤੇ ਸਿਰਫ ਜਿਹੜੇ ਉਹ ਫਰਟੀਲਾਈਜ਼ਰ ਨੇ ਜਾਂ ਕਿਸੇ ਤਰ੍ਹਾਂ ਦੇ ਆਪਣੇ ਔਜ਼ਾਰ ਨੇ ਖੇਤੀ ਦੇ, ਸਿਰਫ ਉਹ ਜਾਂਦੇ ਹਨ, ਉਹ ਪ੍ਰੋਪਰਲੀ ਚੈੱਕ ਹੋ ਕੇ ਜਾਂਦੇ ਹੈ, ਔਰ ਜਦੋਂ ਐਂਟਰ ਕਰਦੇ ਹੈ ਕੰਮ ਕਰਨ ਤੋਂ ਬਾਅਦ, ਤਾਂ ਉਹ ਵੀ ਜਿਹੜੇ ਬੜੇ ਹੀ ਡੰਗਾਈ ਦੇ ਨਾਲ ਚੈੱਕ ਕੀਤੇ ਜਾਂਦੇ ਹਨ। ਤਾਂ BSF ਵੱਲੋਂ ਵੀ ਟਾਈਮ ਟੂ ਟਾਈਮ ਇਹਨਾਂ ਤੋਂ ਰਿਕਵਰੀ ਹੁੰਦੀ ਰਹਿੰਦੀ ਹੈ ਜੇਕਰ ਕੋਈ ਵਿਅਕਤੀ ਤਸਕਰੀ ਕਰਦਾ ਹੈ ਤਾਂ। ਇਹ ਫੜੇ ਜਾਂਦੇ ਨੇ ਜਿਵੇਂ ਖੇਤਾਂ ਦੀ ਇਹ ਗੱਲ ਦੱਸ ਰਹੇ ਹਾਂ, ਇਹ ਕੁਰੀਅਰਸ ਹੁੰਦੇ ਜਾਂ ਤਸਕਰ ਹੀ ਰਹਿੰਦੇ? ਵਿੱਚ ਇਹਨਾਂ ਦੇ ਕੁਰੀਅਰਸ ਵੀ ਹੈਗੇ, ਅਤੇ ਉਹਨਾਂ ਨਾਲ ਜਿਹੜੇ ਰਿਲੇਸ਼ਨ ਹੁੰਦੇ ਉਹ ਤਸਕਰਾਂ ਦੇ ਨਾਲ ਹੁੰਦੇ ਹੈਗੇ। ਇਹਨਾਂ ਨੇ ਸਮਾਨ ਜਿਹੜਾ ਲੈ ਲੈਣਾ ਹੈਗਾ ਅਤੇ ਅੱਗੇ ਉਹਨਾਂ ਨੂੰ ਫਿਰ ਥੋੜ੍ਹੇ ਜਿਹੇ ਪੈਸੇ ਲੈ ਕੇ ਫਿਰ ਅੱਗੇ ਦੇ ਦਿੰਦੇ ਹੈਗੇ। ਅਤੇ ਕਿਵੇਂ ਕੰਟੈਕਟ ਕਰਦੇ ਹੈ ਸਰ? ਉੱਥੋਂ ਸਿਮ ਕੋਈ ਦਿੱਤੀ ਜਾਂਦੀ ਹੈ, ਕੀ ਰਹਿੰਦਾ ਹੈ ਪੂਰਾ ਜਿਹੜਾ ਤੁਸੀਂ ਤਫਤੀਸ਼ ਕਰਦੇ ਹੋ, ਕੋਈ ਮਾਮਲੇ ਵੀ ਸਾਹਮਣੇ ਆਏ ਹੋਣੇ? ਮੇਨ ਦਾ ਵੀ ਟੈਲੀਫੋਨ ਦੇ ਨਾਲ ਹੀ ਕੰਟੈਕਟ ਹੁੰਦਾ ਹੈਗਾ ਇਹਨਾਂ ਦਾ, ਵੀ ਮੋਬਾਈਲ ਨੰਬਰ ਆਪਣੇ ਸ਼ੇਅਰ ਕਰ ਲੈਂਦੇ, ਜਿਹੜੇ ਕਈ ਵਾਰੀ ਜੇਲ੍ਹ 'ਚ ਹੁੰਦੇ ਬੰਦੇ ਉਹ ਸ਼ੇਅਰ ਕਰ ਲੈਂਦੇ ਹੈਗੇ, ਉਹਨਾਂ ਦੇ ਥਰੂ ਹੀ ਹੁੰਦਾ ਹੈਗਾ ਜੀ। ਪਰ ਫਿਰ ਵੀ ਹੈਗੀਆਂ ਲੇਡੀਜ਼ ਨੂੰ ਨਾਲ ਲੈ ਕੇ ਚੱਲਦੇ ਨੇ ਵੀ ਸ਼ੱਕ ਨਾ ਹੋਵੇ, ਗੱਡੀ ਦੇ ਵਿੱਚ ਬਿਠਾ ਲਿਆ ਉਹਨੂੰ, ਵੀ ਸਾਨੂੰ ਇਹ ਜਾਂਦਾ ਚਲੋ ਫੈਮਿਲੀ ਜਾ ਰਹੀ ਵੀ ਆਪਾਂ ਜਾ ਲੈਂਦੇ ਹਾਂ, ਇਸ ਲਈ ਵੀ ਦੇਖਣਾ ਪੈਂਦਾ ਵੀ ਹਾਂ ਥੋੜ੍ਹਾ ਚੈੱਕ ਕਰਕੇ ਵੀ ਹਾਂ ਬਾਕੀ ਉਹ ਰਿਲੇਸ਼ਨ ਦੇ ਵਿੱਚ ਹੈਗੇ ਕਿ ਨਹੀਂ ਹੈਗੇ ਜੀ। ਅੱਛਾ, ਕਹਿੰਦੇ ਨੇ ਜਿਹੜਾ ਅਪਰਾਧੀ ਤਾਂ ਸ਼ਾਤਿਰ ਹੋ ਗਿਆ ਲੇਕਿਨ ਜਿਹੜੀ ਪੁਲਿਸ ਹੈ ਉਹ ਜ਼ਿਆਦਾ ਉਸ ਤੋਂ ਸ਼ਾਤਿਰ ਹੈ, ਟੈਕਨੋਲੋਜੀ ਦੇ ਨਾਲ ਕਿੰਨਾ ਆਪਣੇ ਆਪ ਨੂੰ ਅਪਗ੍ਰੇਡ ਕਰ ਰਹੇ ਹੋ? ਨੈਚੁਰਲੀ ਜਿਸ ਹਿਸਾਬ ਨਾਲ ਕੋਈ ਕ੍ਰਾਈਮ ਹੁੰਦਾ ਹੈਗਾ ਤਾਂ ਉਹ ਪਤਾ ਲੱਗਦਾ ਵੀ ਇਸ ਚੀਜ਼ ਨਾਲ ਹੋਇਆ, ਤਾਂ ਉਸ ਤੋਂ ਉੱਪਰ ਫਿਰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਹੁਣ ਜਿਵੇਂ ਪਹਿਲੇ ਮੋਬਾਈਲ ਆਉਂਦੇ ਸੀ, ਮੋਬਾਈਲ ਦੇ ਵਿੱਚ ਵਟਸਐਪ ਚੱਲਦਾ ਸੀ, ਹੁਣ ਐਪਸ ਹੀ ਬਹੁਤ ਜ਼ਿਆਦਾ ਹੈਗੀਆਂ, ਉਹ ਸਾਰੀ ਟਾਈਮ ਟੂ ਟਾਈਮ ਸਾਡੀ ਜਿਹੜੀ ਟ੍ਰੇਨਿੰਗ ਵਗੈਰਾ ਚੱਲਦੀ ਰਹਿੰਦੀ ਵੀ ਹੁਣ ਨਵਾਂ ਕਿਹੜਾ ਐਪ ਚੱਲ ਰਿਹਾ, ਕੀ ਚੱਲ ਰਿਹਾ, ਅਤੇ ਉਸ ਨਾਲ ਟ੍ਰੇਨਿੰਗ ਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਕੀ ਕਰਨਾ ਉੱਪਰ ਜੀ। ਬਿਲਕੁਲ ਸਰ, ਤੁਸੀਂ ਸਾਨੂੰ ਬਾਰਡਰ ਦੇ ਸਭ ਤੋਂ ਆਖਰੀ ਪਿੰਡ ਕਹੀ ਉੱਥੇ ਲੈ ਕੇ ਆਏ, ਤੁਹਾਡੀ ਡਿਊਟੀ ਨੂੰ ਸੱਚੀ ਸਲੂਟ ਹੈ ਸਾਡੇ ਵੱਲੋਂ, ਅਤੇ ਇਹ ਕੋਈ ਬਹੁਤ ਸੌਖਾ ਨਹੀਂ ਹੈ, ਇਟਸ ਵੈਰੀ ਡਿਫੀਕਲਟ। ਜੇ ਅਸੀਂ ਗੱਲ ਕਰੀਏ, ਸਾਨੂੰ ਲੱਗਦਾ ਹੈ ਕਿ ਇੰਡੀਅਨ ਪਾਕਿਸਤਾਨ ਬਾਰਡਰ ਹੀ ਤਾਂ ਹੈ, ਬਟ ਬਹੁਤ ਮੁਸ਼ਕਿਲ ਹੈ ਸਰ। ਜਿਹਨੂੰ ਕਹਿੰਦੇ ਨੇ ਵੀ ਇੱਕ ਟਫ ਜਿਹੜੀ ਜੋਬ ਹੈਗੀ ਉਹ ਇਸ ਵੇਲੇ ਇੱਥੇ ਹੈਗੀ ਹੈ, ਤੁਸੀਂ ਦੇਖ ਰਹੇ ਧੋਣ ਤੋਂ ਪੈਣ ਲਈ ਹੈਗੀ ਹੈ, ਟਾਈਮ ਦਾ ਕੋਈ ਪਤਾ ਨਹੀਂ ਕਿੰਨੇ ਵਜੇ ਜਾਣਾ ਕੀ ਨਹੀਂ ਜਾਣਾ, ਪਰ ਇੱਕ ਹੱਸਦੇ ਖੇਲਦੇ ਸਾਰੇ ਪਰਿਵਾਰ ਜਿਵੇਂ ਹੁੰਦੇ ਨੇ ਉਵੇਂ ਕੰਮ ਕਰਦਾ ਵੀ ਨਹੀਂ, ਅਸੀਂ ਆਪਣੇ ਦੇਸ਼ ਵਾਸਤੇ ਕੁਛ ਕਰ ਰਹੇ, ਆਪਣੀ ਡਿਊਟੀ ਨੂੰ ਨਿਭਾ ਰਹੇ ਹੈਗੇ। BSF ਦੇ ਜਿਹੜੇ ਇੱਥੇ ਆਪਣੀ ਡਿਊਟੀ ਨਿਭਾ ਰਹੇ ਹੈ, ਬਟ ਕਿਉਂਕਿ ਇਹਨਾਂ ਦੇ ਅਧਿਕਾਰੀ ਨਹੀਂ ਅਤੇ ਅਸੀਂ ਇਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ, ਲੇਕਿਨ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਦੇਸ਼ ਅਤੇ ਪੰਜਾਬ ਸਭ ਤੋਂ ਪਹਿਲਾਂ ਸਾਰਿਆਂ ਦੇ ਲਈ, ਅਤੇ ਇਸੇ ਕਰਕੇ ਸਾਡੀ ਸੁਰੱਖਿਆ ਦੇ ਲਈ
साडे देश की सुरक्षा दे लई इत्थे खड़े ने, ग्राउंड रियालिटी दिखाई है कि आखिर किस तरीके दे नाल पंजाब पुलिस ते खासकर BSF डिफेंस फोर्सेस साडी किस तरीके दे नाल कोऑर्डिनेशन दे नाल काम करदी है। असी खबरां जरूर पढ़ते हैं कि अंतरराष्ट्रीय बॉर्डर ते अज ए हो गया, अज ए चीज बरामद कर ली, लेकिन उस तो बाद किस तरीके दे नाल अगे जांच होंदी है, की पूरा प्रोसेस रहिंदा है, पेट्रोलिंग किस तरीके दे नाल होंदी है, और ये सिर्फ तद ही नहीं होंदी जब कोई चीज़ फड़ी जाती है, बल्कि 12 महीने अजिहा ही रहिंदा है। लेकिन सर्दियों के इस करके दिक्कत हो जाती है क्योंकि टैंपरेचर भी डाउन होंदा है ते धुंध भी होंदी है। ते तुहानू पंजाब टुडे ते अज दिखाया कि रियालिटी चैक की है कि इत्थे दा माहौल है बॉर्डर दा। ते मेरे नाल कैमरा परसन मनजीत ते पूजा वर्मा, पंजाब टुडे, फाजल। बॉर्डर खेतरां दे विच तस्करी नूं रोकना बेहद ही ज़्यादा मुश्किल है। रात दी तस्वीरां तुहानूं दिखाईआं, लेकिन सवेर दी तस्वीर भी तुहानूं दिखांदे कि आखिर पंजाब पुलिस या BSF नूं किन्नी की ज़्यादा दिक्कतां हुंदियां, क्योंकि दोपहर वेले भी या सवेर वेले भी जिहड़ी है इस तरीके दे नाल तुसीं खेतां दे विच देख सकदे हो कि धुंद किन्नी की हुंदी, कि विजिबिलिटी यानी कि तुसीं देख ही नहीं पाते हो कि किन्नी की दूर कोई तस्करी हो रही है या नहीं हो रही है। जेकर कोई ड्रोन की मूवमेंट होवे या कोई तस्कर जिहड़ा इत्थों कोई अपनी ड्रोन उत्थों आया हो, पाकिस्तान तो इत्थों कुछ समान लेना होवे, तो बहुत ज़्यादा मुश्किल हो जाता है ये आइडेंटिफाई कर पाना पुलिस के लिए, BSF के लिए, कि आखिर की जिहड़ा खेतों के विच कोई शख्स गया है वह अपने खेतों के विच काम करन गया है या कोई तस्करी करन वाला व्यक्ति जिहड़ा उत्थे पहुंचा है। इस तरह की विजिबिलिटी इस वेले क्योंकि सवेर का 10 बजे का समय है तो तुसीं देख सकते हो कि इस वेले भी जिहड़ी इत्थे धुंद करके किन्नी की ज़्यादा विजिबिलिटी नहीं है इत्थे, ते अजिहे दे विच किन्ना चुनौती भरिया जिहड़ा है काम रह जाता है पंजाब पुलिस दा, BSF दा। ये असी तस्वीरां दे विच तुहानू रात नू भी दिखाया, लेकिन सवेर वेले भी ये चुनौतियां जिहड़ी उन्हां नू देखनी पैंदी। हालांकि रात नू जद असी उत्थे शूट कीता, उत्थे गए, ग्राउंड रियालिटी दिखाई, तो उस वेले उत्थे कोई भी जिहड़ी है धुंद नहीं सीगी, कहीए कि चन्न सीगा, साफ मौसम सीगा, लेकिन इस वेले जिहड़े हालात ने ये चुनौतियां जिहड़ी किते ना किते ये दिखांदी है कि आखिर किन्नी की ज़्यादा उन्हां नू भी जिहड़े मुश्किल हुंदी है अजिही मूवमेंट्स नू रोकण दे लई, लेकिन फिर भी उन्हां वल्लों ये मूवमेंट्स जिहड़ी है रोकी जांदी है ते ओह जिहड़ा है अपना काम बखूबी निभांदे हैं।